ਭਗਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਮੇਰਾ ਸਾਥ ਦੇ ਰਹੇ ਨੇ ਕੈਲਗਰੀ ਤੋਂ ਅਜੀਤ ਸਿੰਘ ਜੀ, ਚੰਡੀਗੜ੍ਹ ਤੋਂ ਸੀਪੀ ਸਿੰਘ ਜੀ ਅਤੇ ਜਲੰਧਰ ਤੋਂ ਦਲਰਾਜ ਸਿੰਘ ਜੀ। ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸਰਪੰਚ ਜੀ। ਧੰਨਵਾਦ ਜੀ। ਗੱਲਬਾਤ ਸ਼ੁਰੂ ਕਰਾਂਗੇ ਦਿੱਲੀ ਦਿੱਲੀ ਦੀ ਆਮ ਆਦਮੀ ਪਾਰਟੀ ਤੋਂ, ਆਮ ਆਦਮੀ ਪਾਰਟੀ ਦੀ ਸਰਕਾਰ ਤੋਂ, ਜੋ ਕਿ ਪਿਛਲੇ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ੇ ਬਣੀ ਹੋਈ ਆ। ਇੱਕ ਤੋਂ ਬਾਅਦ ਇੱਕ ਅੜਚਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਹਮਣੇ ਆ ਕੇ ਖੜੀ ਹੋ ਰਹੀ ਆ। ਹੁਣ ਇੱਕ ਹੋਰ ਅੜਚਨ, ਪਿਛਲੇ ਵੀਕ 21 MLA ਨੂੰ ਡਿਸਕੁਆਲੀਫਾਈ ਕਰਨ ਦਾ ਜੋ ਡਰ ਬਣਿਆ ਹੋਇਆ ਸੀ ਉਹ ਅਜੇ ਵੀ ਆਮ ਆਦਮੀ ਪਾਰਟੀ ਤੇ ਸਿਰ ਤੋਂ ਹਟਿਆ ਨਹੀਂ ਹੈ। ਪਰ ਇੱਕ ਹੋਰ ਮੁੱਦਾ ਉਹਨਾਂ ਦੇ ਸਾਹਮਣੇ ਆ ਗਿਆ ਹੈ। ਪਿਛਲੇ ਵੀਕ 21 MLA ਨੂੰ ਪਾਰਲੀਮੈਂਟਰੀ ਸੈਕਟਰੀ 6 ਮਿਨਿਸਟਰ ਦਾ ਬਣਾਉਣ ਦੇ ਕਾਰਨ ਇੱਕ ਬਿੱਲ ਰਿਜੈਕਟ ਹੋ ਗਿਆ ਸੀ, ਉਹਦੇ ਕਾਰਨ ਸ਼ਾਇਦ ਹੁਣ 21 MLA ਨੂੰ ਡਿਸਕੁਆਲੀਫਾਈ ਕਰਨਾ ਪਵੇ। ਰੀਜ਼ਨ, ਇੱਕ ਲਾਅ ਆਫਿਸ ਆਫ ਪ੍ਰੋਫਿਟ ਦਾ ਕਲੌਜ਼। ਆਫਿਸ ਆਫ ਪ੍ਰੋਫਿਟ ਦੀ ਡੈਫੀਨੇਸ਼ਨ ਇੰਡੀਅਨ ਕਨਸਟੀਟਿਊਸ਼ਨ ਵਿੱਚ ਨਹੀਂ ਹੈਗੀ, ਪਰ ਹਰ ਬੰਦਾ ਆਪਣੀ ਡੈਫੀਨੇਸ਼ਨ ਦੇ ਰਿਹਾ। ਅਪੋਜੀਸ਼ਨ ਵਾਲੇ ਕਹਿ ਰਹੇ ਨੇ ਆਫਿਸ ਆਫ ਪ੍ਰੋਫਿਟ ਹੈਗਾ ਸੀ ਤੇ ਆਮ ਆਦਮੀ ਪਾਰਟੀ ਕਹਿ ਰਹੀ ਆ ਨਹੀਂ ਹੈਗਾ ਸੀ, ਜੋ ਕਿ ਸ਼ਾਇਦ ਕੋਰਟ ਵਿੱਚ ਜਾ ਕੇ ਹੀ ਡਿਸਾਈਡ ਹੋਊਗਾ ਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ 21 MLA ਦਾ ਫਿਊਚਰ ਕੀ ਆ ਸਾਨੂੰ ਪਤਾ ਲੱਗ ਜੂਗਾ। ਪਰ ਜੋ ਅੱਜ ਖਬਰ ਆ ਰਹੀ ਆ, ਇੱਕ ਨਵਾਂ ਮੁੱਦਾ 27 MLA ਉੱਤੇ, ਮੈਂ ਇੱਥੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਹੈ, ਜੋ 21 MLA ਆ ਉਹਨਾਂ ਨੇ ਉਹ ਨਹੀਂ, ਇਹ ਅੱਜ 27 MLA ਆ, ਕੁਛ MLA ਸੇਮ ਨੇ ਪਰ ਟੋਟਲ 27 MLA 27 MLA ਉੱਤੇ ਇੱਕ ਹੋਰ ਦੋਸ਼ ਲਾਇਆ ਜਾ ਰਿਹਾ ਹੈ ਆਫਿਸ ਆਫ ਪ੍ਰੋਫਿਟ ਦਾ। ਇਸ ਨਵੇਂ ਦੋਸ਼ ਦੇ ਵਿੱਚ MLA ਨੂੰ ਚੇਅਰਪਰਸਨ ਬਣਾਇਆ ਗਿਆ ਵਾ ਰੋਗੀ ਕਲਿਆਣ ਸਮਿਤੀ ਦਾ, ਪੇਸ਼ੈਂਟ ਵੈਲਫੇਅਰ ਪੈਨਲ ਦਾ, ਗਵਰਨਮੈਂਟ ਹਸਪੀਟਲ ਦੇ, ਜਿਹਨੂੰ ਕਿ ਆਫਿਸ ਆਫ ਪ੍ਰੋਫਿਟ ਆਖਿਆ ਗਿਆ ਵਾ। ਇੱਕ ਲਾਅ ਦੇ ਸਟੂਡੈਂਟ ਵਿਭੂਰ ਅਨੰਦ ਜੀ ਨੇ ਇੱਕ ਕੰਪਲੇਂਟ ਇਲੈਕਸ਼ਨ ਕਮਿਸ਼ਨ ਨੂੰ ਭੇਜੀ ਆ। ਸਾਡੇ ਨਾਲ ਜੁੜ ਚੁੱਕੇ ਨੇ ਵਿਭੂਰ ਅਨੰਦ ਜੀ। ਵਿਭੂਰ ਅਨੰਦ ਜੀ, ਆਪਕਾ ਹਮਾਰੇ ਸ਼ੋਅ ਮੇ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸਰ। ਸਭ ਸੇ ਪਹਿਲੇ ਮੈਂ ਇਹ ਜਾਨਣਾ ਚਾਹੂੰਗਾ, ਜੋ ਆਪਨੇ ਇਹ ਇਲੈਕਸ਼ਨ ਕਮਿਸ਼ਨ ਕੋ ਕੰਪਲੇਂਟ ਕੀ ਹੈ, ਆਪ ਇਸਕੀ ਜਾਣਕਾਰੀ ਹਮੇ ਜ਼ਰੂਰ ਦੇ। ਦੇਖਿਏ, ਇੱਕ ਕੰਪਲੇਂਟ ਇਲੈਕਸ਼ਨ ਕਮਿਸ਼ਨ ਕੋ ਗਈ ਹੈ ਔਰ ਇੱਕ ਕੰਪਲੇਂਟ ਪ੍ਰੈਜ਼ੀਡੈਂਟ ਆਫ ਇੰਡੀਆ ਕੋ ਗਈ ਹੈ, ਜਿਸਮੇ ਹਮਨੇ ਇਹ ਉਨਕੇ ਦਰਖਾਸਤ ਕੀ ਹੈ ਕਿ ਕਿਉਂਕਿ ਇਹ 27 MLA ਆਫਿਸ ਆਫ ਪ੍ਰੋਫਿਟ ਕੀ ਡੈਫੀਨੇਸ਼ਨ ਕੇ ਅੰਡਰ ਮੇ ਆਤੇ ਹੈ, ਤੋ ਇਨਕੋ ਇਮੀਡੀਏਟਲੀ ਡਿਸਕੁਆਲੀਫਾਈ ਕੀਆ ਜਾਏ। ਪਹਿਲੇ ਤੋ ਇਹ ਸਮਝ ਲੀਜੀਏ, ਰੋਗੀ ਕਲਿਆਣ ਸਮਿਤੀ ਕਿਆ ਹੈ, 2005 में नेशनल हेल्थ मिशन मिनिस्ट्री ऑफ हेल्थ ने गाइडलाइंस बनाई थी, जिसके तहत हर गवर्नमेंट हॉस्पिटल पूरे हिंदुस्तान में एक रोगी कल्याण समिति का गठन किया गया था, जो कि ट्रांजल एडमिनिस्ट्रेशन का काम करती है। इसकी जो चेयरमैनशिप है ज्यादातर उस टाइम 2005 से लेकर 19 जून 2015 तक डिस्ट्रिक्ट मजिस्ट्रेट के अंडर में होती थी। 19 जून 2015 को उसका दायरा बढ़ा दिया गया और उसके अंदर भी चेयरमैन या तो हेल्थ मिनिस्टर हो सकता था, या फिर जिला पंचायत का अध्यक्ष हो सकता था, या फिर आपके लोकल MP हो सकते थे, या फिर आपके डिस्ट्रिक्ट मजिस्ट्रेट हो सकते थे। लोकल MLA या कोई भी MLA तो इसमें से कोई मेंबर की पोजीशन दी गई है। तो एज पर लॉ जो ये 27 MLA को रोगी कल्याण समिति का दिल्ली के 38 हॉस्पिटल का बनाया गया था चेयरमैन, तो पहले से इलीगल है। तो और उसके बाद जो एक वास्ट एग्जीक्यूटिव पावर है वो ऑफिस ऑफ प्रॉफिट के अंडर में डिफाइन होती है। ऑफिस ऑफ प्रॉफिट का मतलब ये नहीं होता कि सिर्फ आप मॉनिटरी गेन्स ले रहे, ऑफिस ऑफ प्रॉफिट का मतलब ये भी होता है कि अगर आप अपने डोमेन से हट के दूसरे के डोमेन में इंटरफेयर कर रहे हैं तो वो ऑफिस ऑफ प्रॉफिट में भी गिना जाता है। सुप्रीम कोर्ट के क्लियर कट जजमेंट है। विपुल जी, आप लॉ के स्टूडेंट है, कुछ दिन पहले हमने एक सुप्रीम कोर्ट के एक लॉयर की इंटरव्यू की थी जो ये कह रहे, जिनके हिसाब से ऑफिस ऑफ प्रॉफिट की डेफिनेशन आम आदमी पार्टी के अगेंस्ट जा रही थी, आम आदमी पार्टी के खिलाफ जा रही थी। और उसके बाद में हमने एक और लॉयर की इंटरव्यू की थी जो वो भी सुप्रीम कोर्ट के लॉयर थे, पर क्योंकि वो आम आदमी पार्टी से एसोसिएट थे, वो जो डेफिनेशन दे रहे थे ऑफिस ऑफ प्रॉफिट की, उसके हिसाब से आम आदमी पार्टी ने कुछ गलत नहीं किया,
टू की उनकी सैलरी या उनको ऐसा कोई भी फायदा नहीं दिया जा रहा था। जो आप ये कह रहे हैं एमएलए आम आदमी पार्टी ने 27 एमएलए को चेयरपर्सन ऑफ रोगी कल्याण समिति चेयरपर्सन का ओहदा दिया है, क्या इसमें कोई सैलरी उनकी नियुक्त की थी या उनको सैलरी डिप्लॉयड थे? मैंने आपको बहुत सबसे पहले क्लैरिफाई कर दिया था कि ऑफिस ऑफ प्रॉफिट का मतलब मॉनिटरी बेनिफिट मिलना नहीं होता। ऑफिस ऑफ प्रॉफिट का मतलब ये भी होता है कि अगर आप अपने अपने डोमेन को छोड़ के किसी दूसरे डोमेन में इंटरफेयर करने की हैसियत रखते हैं, आपका इंफ्लुएंस है, आप पॉलिसी मेकिंग को इंफ्लुएंस कर सकते हैं, तो दैट इज दैट अमाउंट्स टू ऑफिस ऑफ प्रॉफिट। उमराव सिंह का जजमेंट सुप्रीम कोर्ट का बहुत कैटेगोरिकल है। पांच पॉइंट में उन्होंने सुप्रीम कोर्ट ने इसमें आपका ये कहा था कि इन पांच पॉइंट के ऊपर ऑफिस ऑफ प्रॉफिट गिना जाएगा। पहला पॉइंट ये था कि क्या गवर्नमेंट अपॉइंट करती है उस पोस्ट के बंदे को, सेकेंड क्या गवर्नमेंट का कोई कंट्रोल है, थर्ड मॉनिटरी बेनिफिट मिल रहा है, फोर्थ अगर क्या गवर्नमेंट उसे हटा सकती है, और पांचवा जो सबसे इम्पोर्टेंट था कि उसका इंश्योरेंस कितना है। तो इस मामले में पांच में से चार पॉइंट मीट हो गए, फिर मॉनिटरी बेनिफिट का पॉइंट मीट नहीं हो रहा, तो चार पॉइंट तो मीट हो गया ऑफिस ऑफ प्रॉफिट के। एक क्वेश्चन विपुल जी आपसे जरूर पूछना चाहूंगा, आप लॉ के स्टूडेंट है, आपको क्या पड़ी थी कि आप आम आदमी पार्टी के 27 एमएलए की पहले वो रिपोर्ट निकलवाएं, फिर इलेक्शन कमीशन को कंप्लेंट फाइल करें? आपका इसके पीछे कोई निजी स्वार्थ है या क्या कारण थे कि आप एज ए आप स्टूडेंट होने के बावजूद भी इतना काम कर रहे हैं? देखिए मैं ये काम अकेले नहीं कर रहा हूँ, हमारे कुछ साथी भी साथ में हैं जो मेरी हेल्प करते हैं। जो हमारा एक छोटा सा ग्रुप है जो जिसे हम YBC के नाम से कहते हैं, यूथ फॉर अकाउंटेबल गवर्नेंस, हमारा एक ही काम होता है जहाँ भी लॉ का वायलेशन होता है हम उसको हाईलाइट करेंगे। अगर कहीं भी लॉ का वायलेशन हो रहा होगा तो हम उसको जरूर हाईलाइट करेंगे। और स्टूडेंट होने का मतलब ये नहीं है कि हम एक विजिलेंट सिटीजन की तरह काम नहीं कर सकते। एक स्टूडेंट की रिस्पॉन्सिबिलिटी और भी बढ़ जाती है, क्योंकि उसको एक स्टूडेंट की सोच बहुत आगे तक जाती है, क्योंकि हम लोग एनालाइज कर सकते हैं कि हमारे पास जितना टाइम भी है, जितना टाइम प्रोफेशनल के पास नहीं है स्टूडेंट के पास है। पार्टी के साथ भी आप जुड़े हुए हो? नहीं नहीं मैं किसी पॉलिटिकल पार्टी के साथ नहीं जुड़ रहा हूँ। विपुल जी एक क्वेश्चन और पूछना चाहूंगा, क्या पास्ट में आपने अरविंद केजरीवाल जी के ऊपर कोई केस किया था? बिल्कुल किया था। ओके, उस थोड़ा सा मुझे कारण बताएंगे, उस टाइम आपने अरविंद केजरीवाल जी के ऊपर केस क्यों किया था? जो उनकी स्टेटमेंट गलत थी, लॉ के हिसाब से सही नहीं थी, यही तो मैंने बोला जो कानून के खिलाफ काम करेगा मैं उसके खिलाफ काम करूंगा। उसके कुछ समय के बाद में आपने वो केस वापिस भी ले लिया था, उस टाइम क्या कारण था? सर एक ही कारण था कि क्योंकि उस टाइम पे अरविंद केजरीवाल जी ने जनता से वादा किया था कि मैं अच्छी चीज से काम करूंगा, अच्छा काम करूंगा, और क्योंकि मैं खुद एक दिल्ली की जनता में आता हूँ तो मैंने भी उनके ऊपर भरोसा करने की घोष दी थी। आपकी आवाज थोड़ी सी खराब आ रही है विभूषण जी, थोड़ा सा जोर से बोलेंगे, मुझे इसका आंसर रिपीट कर दीजिए, आपने केस वापस क्यों लिया था? देखिए उसके दो रीजन थे, एक तो जो मैंने आंदोलन चलाया था करप्शन के अगेंस्ट था, मैं उनकी स्टेटमेंट के खिलाफ था जो उन्होंने पार्लियामेंटेरियन के अगेंस्ट दी थी जो की लॉ के हिसाब से सही नहीं थी, लेकिन मैं उनकी जो करप्शन के अगेंस्ट मूवमेंट थी मैं उसका बहुत बड़ा सपोर्टर था, और आज भी अगर वो करप्शन के अगेंस्ट काम करेंगे तो मैं उनका हमेशा साथ दूंगा, लेकिन अगर कोई कानून छोड़ेंगे तो मैं उनके खिलाफ खड़ा हूँ। सर एक मेरा बस लास्ट छोटा सा प्रश्न है अनंत जी, आपने बिल्कुल स्टूडेंट्स होने का मतलब ये नहीं कि आप किसी पे नहीं कर सकते, अगर आपके टाइम है आपके पास तो आप डेफिनेटली केस कर सकते हो, जो छिपी हुई चीजें उन्हें बाहर ला सकते हो। बस मेरा सवाल ये है छोटा सा कि जो आपने ग्रुप बनाया हुआ है, जो संस्था बनाई हुई है, उसमें हमेशा अरविंद केजरीवाल जी या आम आदमी पार्टी के खिलाफ ही ये सब अभियान चलाया कि कभी किसी और पार्टी को भी आपने निशाना बनाया? अगर कोई बनाया तो प्लीज वो शेयर करना। मैंने अभी पीछे एमसीडी की करप्शन सपोर्ट की है,
जिसकी खबर अगले आने वाले कुछ दिनों में निकलेगी, क्योंकि मैं उसे पब्लिक इंटरेस्ट लिटिगेशन कराता हूँ। मैंने उसे मैंने पास्ट में सेंट्रल गवर्नमेंट के खिलाफ भी काम किया, उसमें मैंने अरविंद केजरीवाल जी की गवर्नमेंट का सपोर्ट किया। आप अगर मेरी पब्लिक इंटरेस्ट लिटिगेशन की लिस्ट देखेंगे तो कई ऐसी पब्लिक इंटरेस्ट लिटिगेशन का जिसमें दिल्ली सरकार की सपोर्ट की है, और कई ऐसी पिटीशन है जिसमें मैंने सेंट्रल गवर्नमेंट की खिलाफ की है, और जिसमें नोटिस इशू हो रही है। तो ये बात गलत है कि मैं तो अरविंद केजरीवाल जी के खिलाफ हूँ, बिल्कुल नहीं है। मैं उनके खिलाफ हूँ तो कानून के खिलाफ हूँ, उनके कानून द्वारा तो, क्योंकि मेरे हिसाब से हिंदुस्तान के संविधान से ऊपर कोई नहीं है। ना मैं हूँ, ना आप है, ना देश के प्रधानमंत्री जी है, ना ही अरविंद केजरीवाल जी। सीपी सिंह जी, अजीत जी, जो तुम दोनों से कोई क्वेश्चन पूछना चाहता है विभु आनंद जी, प्लीज गो अहेड। विभुराम जी, आपने जो इनका वो समिति के जो अध्यक्ष बनाए हैं, वो चेयरमैन बनाए हैं, वो ऐसा कोई वैसे प्रेसिडेंस भी है कि कोई कोई सुप्रीम कोर्ट ने, किसी हाई कोर्ट ने वैसे ही किसी स्थिति में कोई अपनी जजमेंट दी हो? सर मैं समझा नहीं आपका सवाल। आपने जो रोगी कल्याण समिति के चेयरमैन एमएलए बनाए हैं उनके बारे में आपने इलेक्शन कमीशन को रिपोर्ट किया है, अगर अल्टीमेटली ये केस जाता है तो पहले कोई प्रेसिडेंस है कि किसी जस्टिस ने, चाहे हाई कोर्ट का हो चाहे वो सुप्रीम कोर्ट का हो, ऐसी जो अपॉइंटमेंट्स है उनके अगेंस्ट कोई उन्होंने अपनी जजमेंट दी हो? 1950 से लेके आज तक कम से कम हजारों जजमेंट होंगे जिसमें सुप्रीम कोर्ट ने कहा है कि लेजिस्लेटर को अपने डोमेन से बाहर नहीं जाना चाहिए। सही कहा, उनकी उनके हाथ में भी जेवर दिए कि जो ऑफिस ऑफ प्रॉफिट में नहीं गिने जाते, लेकिन कुछ ऐसी जगह उन्होंने उनके खिलाफ भी जजमेंट किए जो सीधा सीधा कहते कि ऑफिस ऑफ प्रॉफिट में आते। क्या जो पहले सरकारें थी कांग्रेस की सरकारें थी, शीला दीक्षित की या बीजेपी थी, उन्होंने कभी किसी एमएलए को ऐसी समिति का कोई चेयरमैन नहीं बनाया था क्या? बिल्कुल बनाया था जी, मैंने तो आज मैंने एबीसी न्यूज से मेरी बात हो रही थी, मैंने उनको भी ये कहा कि जरूरी नहीं है कि जो कांग्रेस ने गलतियां की हैं, अगर अब कांग्रेस क्या करती थी, कांग्रेस बड़ी समझदार पार्टी थी, उन्होंने क्या करना होता था कि अगर उन्होंने अपने 10 MLA बनाने हैं तो उन्होंने बीजेपी के भी 5 MLA को बना दिया। नहीं, बीजेपी को लिया, मान लिया आपकी बात, उन्होंने अपोजिशन नहीं कही, पर उससे उसके जो इकोनॉमिक स्थिति है उसमें तो कोई फर्क नहीं पड़ता, इकोनॉमिक स्थिति तो वही रहेगी ना। नहीं बिल्कुल नहीं, जो देखिए जो काम जो शुरू से ही लीगल है वो पहले भी लीगल है, एंड में भी लीगल है, इसका एक बहुत छोटा सा लीगल काम है वर्ल्ड एब इनिशियो, जिसका मतलब है शुरुआत से ही इलीगल, फ्रॉम द बिगनिंग, जिसकी शुरुआत ही इलीगैलिटी से हो ये शांति भी इलीगल ही होगा ना। अरे एक बात बताओ जी, अगर इनके मान लो कि आपकी जो कंप्लेंट है कि आपके एमएलओ के अगेंस्ट चल जाती है, तो उसमें जो पहले रहे हैं उनकी इलीगलिटी का उनको भी कोई इसकी सजा हो सकती है कि उन्होंने गलत काम किया था या पॉलिटिकल अपॉइंटमेंट नहीं होगी तो साथ खत्म होगी उनका, उनका टेन्योर खत्म हो चुका है, उनके ऊपर कोई बात नहीं चलेगी, इसके ऊपर जो फ्रेंड्स है और जो फ्यूचर है सिक्योरिटी के मैनेजमेंट कमांडो को बनाऊंगा, मैं कहता हूँ इनमें से इससे भी काम चालू हुआ तो सर, मेरे हिसाब से मैं आपके शो के माध्यम से देश की जनता से ये कहना चाहूंगा कि वादों में मत सोचिए, चाहे वो किसी भी पार्टी की हो, अगर वादे पे आप विश्वास करते तो उनसे सवाल करना सीखिए कि भैया तुमने वादे किए थे, आप उन वादों को निभाओ, इसलिए हमने तुम्हें वोट किया। दिल्ली गवर्नमेंट के, दिल्ली गवर्नमेंट के स्पोक्स पर्सन ने एक स्टेटमेंट दिया है कि जो रोगी कल्याण समिति थी वो 2009 में शीला दीक्षित के हेड में बनाई गई थी, और उसमें हमने आप गवर्नमेंट का कहना है ये कि उन्होंने उसको सिर्फ रिप्लेस किया है। वही तो मैं कह रहा हूँ, 2009 से ही इलीगल काम हो रहा है, वो कंटिन्यू कर दिया है, उन्होंने और क्या किया, यही तो मैं आपको बोल रहा हूँ, 2009 में वो इलीगल था और 2015 में भी इलीगल था।
ना वो 2009 में हो सकता था ना वो 2015 में हो सकता था। थैंक यू विपुल जी, आप अपना टाइम निकाल के हमारे साथ जुड़े। उम्मीद हम आपसे यही करेंगे कि सिर्फ आम आदमी पार्टी नहीं, आप दूसरी पार्टियों के भी काम जिस तरह से आप बता रहे हैं चेक करते रहें, अगर वो गलत काम कर रहे हैं तो उनके खिलाफ कंप्लेन करते रहें। बिल्कुल, थैंक यू फॉर ज्वाइनिंग अस टुडे सर। थैंक यू सर। इस विभुर अनंत जी जिन्होंने की तुहानू ਇਹ ਐਕਸਪਲੇਨ ਕੀਤਾ ਕਿ ਇਹਨਾਂ ਨੇ ਇਹ ਇਲੈਕਸ਼ਨ ਕਮਿਸ਼ਨ ਅਤੇ ਪ੍ਰੈਜ਼ੀਡੈਂਟ ਨੂੰ ਇਹ ਕੰਪਲੇਂਟ ਕਿਉਂ ਕੀਤੀ। ਪਰ ਇੱਕ ਵਾਰ ਫਿਰ ਤੋਂ ਸ਼ਾਇਦ ਆਮ ਆਦਮੀ ਪਾਰਟੀ ਉੱਤੇ ਕਾਲੇ ਬੱਦਲ ਫਿਰ ਤੋਂ ਮੰਡਰਾ ਰਹੇ ਨੇ। ਸ਼ੁਰੂ ਕਰਾਂਗੇ ਸੀਪੀ ਸਿੰਘ ਜੀ ਤੋਂ। ਸੀਪੀ ਸਿੰਘ ਜੀ, ਸਾਰੀ ਗੱਲਬਾਤ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਟ੍ਰਬਲ 'ਚ ਆ ਜਾਂ ਫਿਰ ਇਸ ਟਾਈਮ ਸ਼ਾਇਦ ਆਮ ਆਦਮੀ ਪਾਰਟੀ ਟੋਟਲੀ ਆਊਟ ਆਫ ਟ੍ਰਬਲ ਆ? ਨਹੀਂ, ਪਹਿਲੀ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਟ੍ਰਬਲਸ ਅੱਜ ਤੱਕ ਖਤਮ ਹੋਈ ਨਹੀਂ। ਸੀਪੀ ਸਿੰਘ ਜੀ ਥੋੜਾ ਜਿਹਾ ਉੱਚੀ ਬੋਲੋਗੇ ਤੁਸੀਂ? ਹੈਲੋ, ਹਾਂਜੀ ਹੈਲੋ, ਹਾਂਜੀ ਗੋ ਅਹੈਡ ਜੀ। ਯਾ, ਮੈਂ ਕਹਿ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੀਆਂ ਟ੍ਰਬਲਸ ਜਦੋਂ ਵੀ ਗਵਰਨਮੈਂਟ ਅਸਟੈਬਲਿਸ਼ ਹੋਈ ਹੈ ਕੋਈ ਨਾ ਕੋਈ ਟ੍ਰਬਲ ਉਹਨਾਂ 'ਤੇ ਆਉਂਦੀ ਰਹੀ ਹੈ। ਇਹ ਰੀਜ਼ਨ ਕੀ ਹੈ, ਦੈਟਸ ਡਿਫਰੈਂਟ ਥਿੰਗ। ਬਟ ਜਦੋਂ ਵਿਭੋਰ ਆਨੰਦ ਜੀ ਦਾ ਕਹਿਣਾ ਹੈ ਕਿ ਇਹ ਇਸ ਤਰ੍ਹਾਂ ਦੀਆਂ ਕੰਪਲੇਂਟਸ ਕੀਤੀਆਂ ਉਹਨਾਂ ਨੇ, ਔਰ ਬਟ ਠੀਕ ਹੈ ਕਿ ਉਹ ਕੋਰਟ ਚਲੇ ਗਏ ਨੇ ਤਾਂ ਹੁਣ ਲੈਟ ਦ ਕੋਰਟ ਡਿਸਾਈਡ ਵਾਟ ਟੂ ਡੂ। ਦਿਲਰਾਜ ਸਿੰਘ ਜੀ। ਹਰਪ੍ਰੀਤ ਜੀ, ਬਿਲਕੁਲ, ਮੈਂ ਅਨੰਤ ਜੀ ਦੀਆਂ ਸਾਰੀਆਂ ਗੱਲਾਂ ਤੋਂ ਜੋ ਸਿੱਟਾ ਨਿਕਲਦਾ ਵਾ ਉਹ ਇਹੀ ਸਿੱਟਾ ਨਿਕਲਦਾ ਕਿ ਕਿਤੇ ਨਾ ਕਿਤੇ ਕੋਈ ਗਲਤੀ ਤਾਂ ਆਮ ਆਦਮੀ ਪਾਰਟੀ ਕੋਲ ਹੋਈ ਹੈ। ਚਾਹੇ ਉਹ ਜੋ ਸ਼ੀਲਾ ਦੀਕਸ਼ਿਤ ਸਰਕਾਰ ਨੇ 2009 ਦੇ ਵਿੱਚ ਸਮਿਤੀ ਬਣਾਈ ਸੀ ਉਹਨੂੰ ਕੰਟੀਨਿਊ ਕਰਨਾ, ਜਾਂ ਤਾਂ ਆਮ ਆਦਮੀ ਪਾਰਟੀ ਨੇ ਜਿਹੜੇ ਸੋਲੀਸਿਟਰ ਜਨਰਲ ਆ, ਜਿਹੜੇ ਵਕੀਲ ਹੈਗੇ ਆ ਉਹਨਾਂ ਦੀ ਪਾਰਟੀ ਦੇ, ਉਹਨਾਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ, ਅਣਗਹਿਲੀ ਦੇ ਵਿੱਚ ਇਹ ਗਲਤੀ ਕੀਤੀ ਹੈ, ਜਾਂ ਫਿਰ ਉਹਨਾਂ ਨੂੰ ਪਤਾ ਸੀਗਾ ਸੋਚ ਸਮਝ ਕੇ ਗਲਤੀ ਕੀਤੀ ਹੈ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਕਿੱਦਾਂ ਕੀਤੀ ਹੈ। ਪਰ ਜੋ ਅਨੰਦ ਜੀ ਦੀਆਂ ਗੱਲਾਂ ਤੋਂ ਗੱਲ ਨਿਕਲ ਕੇ ਸਾਹਮਣੇ ਆਉਂਦੀ ਪਈ ਹੈ, ਐਜ਼ ਪਰ ਲਾਅ ਉੱਥੇ ਗਲਤੀ ਤਾਂ ਹੋਈ ਹੈ, ਤੇ ਬਿਲਕੁਲ ਜਿਹੜੇ ਕਾਲੇ ਬੱਦਲ ਉਹ ਫਿਰ ਮੰਡਰਾਉਣੇ ਸ਼ੁਰੂ ਹੋ ਗਏ ਆ। ਹੁਣ 28 MLA ਤੇ ਹੋ ਗਿਆ, ਜੇ ਇਲੈਕਸ਼ਨ ਕਮਿਸ਼ਨ ਨੋਟਿਸ ਭੇਜਦਾ ਵਾ ਆਮ ਆਦਮੀ ਪਾਰਟੀ ਨੂੰ, ਤੇ ਫਿਰ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਉਸੇ ਤਰ੍ਹਾਂ ਕਟਹਿਰੇ ਦੇ ਵਿੱਚ ਖੜੀ ਹੋ ਜਾਏਗੀ ਜਿੱਦਾਂ ਹੁਣੇ ਕੁਝ ਦਿਨ ਪਹਿਲੇ 21 MLA ਦੇ ਨਾਮ ਤੇ ਖੜੇ ਹੋਈ ਸੀ। ਜੇ ਗੱਲ ਕਰੀਏ ਜਦੋਂ 21 MLA ਉੱਤੇ ਮੁੱਦਾ ਆਇਆ ਸੀ ਤੇ ਕੇਜਰੀਵਾਲ ਸਾਹਿਬ ਨੇ ਮੋਦੀ ਸਾਹਿਬ ਨੂੰ ਆੜੇ ਹੱਥੀ ਲਿਆ ਸੀ, ਉਸ ਤੋਂ ਬਾਅਦ ਜਦੋਂ FIR ਦਾ ਵੀ ਮੁੱਦਾ ਆਇਆ ਸੀ ਉਦੋਂ ਵੀ ਸਾਰਾ ਦਾ ਸਾਰਾ ਇਲਜ਼ਾਮ ਮੋਦੀ ਸਾਹਿਬ ਉੱਤੇ ਗਿਆ ਸੀ। ਪਰ ਹੁਣ ਇੱਕ ਇੰਡੀਅਨ ਸਿਟੀਜ਼ਨ ਨੇ ਕੰਪਲੇਂਟ ਫਾਈਲ ਕੀਤੀ ਆ, ਦੋ ਕਾਰਨ ਹੋ ਸਕਦੇ ਨੇ ਕਿ ਵਿਭੂਰ ਆਨੰਦ ਕੇ ਪਾਰਟੀ ਨੇ ਐਸੋਸੀਏਟਡ ਨੇ, ਜੇ ਐਸੋਸੀਏਟਡ ਨਹੀਂ ਤੇ ਜਿਹੜੀ ਪਾਰਟੀ ਨੇ ਐਸੋਸੀਏਟਡ ਹੋਣਗੇ, ਜੇ BJP ਹੋਈ ਨਾ ਫਿਰ ਤੋਂ ਮੋਦੀ ਸਾਹਿਬ ਦਾ ਆਏਗਾ। ਪਰ ਜੇ ਵਿਭੂਰ ਆਨੰਦ ਜੀ ਕੇ ਵੀ ਪਾਰਟੀ ਨੇ ਐਸੋਸੀਏਟਡ ਨਹੀਂ ਹੈ, ਅਜੀਤ ਜੀ ਹੁਣ ਆਮ ਆਦਮੀ ਪਾਰਟੀ ਦਾ ਬਚਾਓ ਵਿੱਚ ਕੀ ਕਹਿਣਗੇ? ਦੇਖੋ, ਜੇ ਆਨੰਦ ਸਾਹਿਬ ਕਿਸੇ ਪਾਰਟੀ ਦਾ ਨਹੀਂ ਹੈਗੇ ਰੀਅਲੀ, ਇਹਦੇ ਬੜੀ ਸੰਭਾਵਨਾ ਘੱਟ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਾਰ ਕਿਸੇ ਪਾਸੇ ਨਾ ਜੁੜਦਾ ਹੋਵੇ। ਪਰ ਜੇ ਕਿਤੇ ਵੀ ਨਹੀਂ ਜੁੜਦੀ, ਉਹ ਇੰਡੀਵਿਜੁਅਲੀ ਸਿਟੀਜ਼ਨ ਦੇ ਤੌਰ ਤੇ ਕਰ ਰਹੇ ਨੇ, ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹਨੂੰ ਇੱਕ ਬਹੁਤ ਵੈਲਕਮ ਮੂਵ ਕਹੂੰਗਾ ਕਿ ਸਾਡੇ ਜਿਹੜੇ ਉੱਥੇ ਸਿਟੀਜ਼ਨਸ ਨੇ ਮੁਲਕ ਦੇ, ਹਿੰਦੁਸਤਾਨ ਦੇ, ਉਹ ਇੰਨੇ ਕੁ ਜਾਗਰੂਕ ਹੋ ਗਏ ਕਿ ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਤੇ ਸਵਾਲ ਕਰਦੇ ਨੇ। ਵੈਰੀ ਵੈਲਕਮ ਮੂਵ। ਤੇ ਜੇ ਜੁੜੇ ਹੋਏ ਨੇ ਤਾਂ ਨੇਚਰਲੀ ਜਿਹੜੀ ਪਾਰਟੀ ਨਾਲ ਜੁੜੇ ਹੋਏ ਘੁੰਮ ਘੁਮਾ ਕੇ ਗੱਲ ਆਏਗੀ ਮੋਦੀ ਸਾਹਿਬ ਦੇ ਉੱਤੇ। ਪਰ ਮੈਨੂੰ ਇਹ ਲੱਗਦਾ ਆਪਣੇ ਜਾਤੀ ਤੌਰ ਤੇ ਕਿ ਜਿਹੜੀ ਉਹ ਇੰਨੀ ਕੰਨਫਰੰਟੇਸ਼ਨ ਕਰ ਰਹੇ ਨੇ ਉਹ ਵੀ ਇੰਨੀਆਂ ਗੱਲਾਂ ਉਹਨਾਂ ਦੇ ਖਿਲਾਫ ਨਿਕਲਣ ਦਾ ਕਾਰਨ ਹੈ। ਜੇ ਉਹ ਵੱਡੇ ਬਹੁਤੇ ਨਿਸ਼ਾਨੇ ਨਾ ਰੱਖ ਕੇ ਆਪਣੇ ਕੰਮ ਤੇ ਲੋਕਲੀ ਕੰਸਨਟ੍ਰੇਟ ਕਰਦੇ ਤਾਂ ਸ਼ਾਇਦ ਉਹਨਾਂ ਨੂੰ ਇੰਨੀਆਂ ਗੱਲਾਂ ਦਾ ਸਾਹਮਣਾ ਨਾ ਵੀ ਕਰਨਾ ਪੈਂਦਾ। ਤੇ ਇਹ ਟੰਡੇ ਆਪਣੇ ਬੀਜ ਰਹੇ ਨੇ ਆਪਣੀ ਬੋਲਚਾਲ, ਆਪਣੀ ਜਿਹੜੀ ਉਹਨਾਂ ਦੀ ਪੋਲੀਟੀਕਲ ਅਪਰੋਚ ਹੈ ਉਹਦੇ ਨਾਲ ਉਹ ਆਪਣੇ ਜਿਹੜੇ ਤੁਸੀਂ ਕਹਿੰਦੇ ਵੀ ਬੱਦਲ ਮੰਡਰਾ ਰਹੇ ਨੇ ਉਹਨਾਂ ਨੂੰ ਸੱਦਾ ਉਹ ਆਪ ਦੇ ਰਹੇ ਨੇ, ਕਿਉਂਕਿ ਜਦੋਂ ਤੁਹਾਡੀ ਅਪਰੋਚ ਦੂਜੇ ਨਾਲ ਬਹੁਤ ਤਿੱਖੀ ਹੋਵੇ ਰਾਜਨੀਤੀ ਦੀ ਔਰ ਦੂਜੇ ਨੂੰ ਭੰਡੀ ਪ੍ਰਚਾਰ ਦੀ ਰਾਜਨੀਤੀ ਕਰ ਰਹੇ ਹੋ ਤਾਂ ਉਸ ਭੰਡੀ ਪ੍ਰਚਾਰ ਦੀ ਰਾਜਨੀਤੀ ਵਿੱਚ ਹਰ ਇੱਕ ਪਾਰਟੀ ਮੋਰਮਾ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਹੈ।
और ओदा हक बनता है। इस गल च ये काफी उलझना च फसते जा रहे हैं। जे थोड़ी जी विभू रण जी दे पास ते निगाह मारीए, मैं डिबेट आन तो पहला खास करके अपनी टीम नू कहसी जरूर ट्राई करो, चेक करो कि विभू रण जी दे पास ते काम की ने। जिद्दां उन्होंने कहा कि लॉ दे स्टूडेंट ने फ्री लॉ दी लीगल एडवाइस भी दिंदे ने, पास्ट विच भी इन्होंने अरविंद केजरीवाल जी उत्ते केस कीता होया सी। उन दो 2012 दी गल है, अरविंद केजरीवाल उन दो अन्ना अन्ना जी दे अंदोलन नाल जुड़े हुंदे सी। ਉਹ ਜਦੋਂ ਇਹਨਾਂ ਕੇਸ ਕੀਤਾ ਸੀ ਇਹਨਾਂ ਵੱਲੋਂ ਅਰਵਿੰਦ ਕੇਜਰੀਵਾਲ ਜੀ ਉੱਤੇ ਧਮਕੀ ਦੇ ਇਲਜ਼ਾਮ ਵੀ ਲਾਏ ਗਏ, ਪਰ ਬਾਅਦ ਵਿੱਚ ਇਹਨਾਂ ਨੇ ਉਹ ਕੇਸ ਵਿਦਡਰਾ ਕਰ ਲਿਆ ਸੀ। ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਰਪਸ਼ਨ ਦੇ ਖਿਲਾਫ ਜੋ ਜੰਗ ਜਾਰੀ ਕੀਤੀ ਸੀ ਉਦੋਂ ਇਹਨਾਂ ਨੇ ਕੇਸ ਵਿਦਡਰਾ ਵੀ ਕਰ ਲਿਆ ਸੀ। ਕੁਛ ਨਿਊਜ਼ ਪੇਪਰ ਤੇ ਤੁਹਾਨੂੰ ਇਹ ਤੱਕ ਲਿਖਣ ਨੂੰ ਮਿਲ ਜਾਏਗਾ ਕਿ ਵਿਭੂ ਆਨੰਦ ਨੇ ਹੁਣ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਆ। ਹੁਣ ਮੈਂ ਤੁਹਾਨੂੰ ਕੁੱਲ ਮਿਲਾ ਕੇ ਉਹ ਵਿਅਕਤੀ ਜੋ ਇੱਕ ਵਾਰੀ ਤੁਹਾਡੇ ਉੱਤੇ ਕੇਸ ਕਰਦਾ ਹੈ, ਬਾਅਦ ਚ ਕੇਸ ਵਿਦਡਰਾ ਕਰਕੇ ਤੁਹਾਡੀ ਪਾਰਟੀ ਹੀ ਜੁਆਇਨ ਕਰ ਲੈਂਦਾ ਵਾ, ਪਰ ਅੱਜ ਇੱਕ ਵਾਰ ਫਿਰ ਤੋਂ ਤੁਹਾਡੀ ਪਾਰਟੀ ਦੇ ਕੰਮ ਕਰਨ ਤੇ ਸਵਾਲ ਉਠਾਉਂਦਾ ਵਾ, ਤੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਨੂੰ ਆਪਣੇ ਕੰਮ ਕਰਨ ਦੇ ਤਰੀਕੇ ਤੇ ਨਿਗਾਹ ਮਾਰ ਲੈਣੀ ਚਾਹੀਦੀ ਹੈ। ਹਰ ਵਾਰੀ ਸਿਰਫ ਇਹ ਕਹਿਣਾ ਕਿ ਸ਼ੀਲਾ ਦੀਕਸ਼ਿਤ ਨੇ 9 ਸਾਈਨ ਕੀਤੇ ਸੀ ਜਾਂ ਸ਼ੀਲਾ ਦੀਕਸ਼ਿਤ ਨੇ ਆ ਕੰਮ ਕੀਤਾ ਸੀ ਜਾਂ ਪੰਜਾਬ ਵਿੱਚ ਬਾਦਲ ਸਾਹਿਬ ਵੀ ਸਾਈਨ ਕਰਦੇ ਨੇ ਜਾਂ ਫਿਰ ਗੁਜਰਾਤ ਵਿੱਚ ਫਲਾਣਾ ਵੀ ਕਰਦਾ ਵਾ, ਇਹ ਚੀਜ਼ ਮੈਨੂੰ ਥੋੜੀ ਜੀ ਸਮਝ ਤੋਂ ਬਾਹਰ ਲੱਗਦੀ ਆ। ਇੱਕ ਪਾਸੇ ਸ਼ੀਲਾ ਦੀਕਸ਼ਿਤ ਨੂੰ ਤੁਸੀਂ ਕਰਪਟ ਆਉਂਦੇ, ਜੋ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਇਹ ਆਉਂਦੇ ਸੀ ਕਿ ਸਰਕਾਰ ਬਣਾਉਂਦੇ ਹੀ ਅਸੀਂ ਸ਼ੀਲਾ ਦੀਕਸ਼ਿਤ ਨੂੰ 1 ਜਾਂ 2 ਵੀਕ ਦੇ ਅੰਦਰ ਜੇਲ੍ਹ ਵਿੱਚ ਬੰਦ ਕਰ ਦਾਂਗੇ। ਬਾਦਲ ਸਾਹਿਬ ਬਾਰੇ ਵੀ ਹੁਣ ਕੁਛ ਏਦਾਂ ਦੇ ਹੀ ਵਿਚਾਰ ਨੇ, ਪਰ ਜਦੋਂ ਤੁਸੀਂ ਆਪਣੀ ਸਰਕਾਰ ਦੇ ਕੰਮਾਂ ਨੂੰ ਕੰਪੇਅਰ ਕਰਨਾ ਹੁੰਦਾ ਹੈ, ਤੁਸੀਂ ਉਹਨਾਂ ਕਰਪਟ ਲੀਡਰਾਂ ਦੇ ਕੰਮਾਂ ਦੇ ਨਾਲ ਹੀ ਕੰਪੇਅਰ ਕਰਦੇ ਜੋ। ਦਿਲਰਾਜ ਸਿੰਘ ਜੀ, ਦਿਲਰਾਜ ਜੀ ਬਿਲਕੁਲ ਜੀ ਬਿਲਕੁਲ ਸਾਡੇ ਗੱਲ ਨਾਲ ਮੈਂ ਪੂਰਾ ਪੂਰਾ ਸਹਿਮਤ ਹਾਂ। ਆਮ ਆਦਮੀ ਪਾਰਟੀ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਦੋਂ ਤੋਂ ਬਣੀ ਹੈ ਕੋਈ ਨਾ ਕੋਈ ਕੰਟਰੋਵਰਸੀ ਤਾਂ ਨਿਕਲਦੀ ਰਹੀ ਹੈ, ਚਾਹੇ ਉਹ 21 MLA ਵਾਲਾ ਮੁੱਦਾ ਹੋਵੇ, ਚਾਹੇ ਪਿਆਊ ਸਾਹਿਬ ਢਾਣ ਵਾਲਾ ਮੁੱਦਾ ਹੋਵੇ, ਚਾਹੇ ਹੋਰ ਆਹ ਜਿਹੜਾ ਹੁਣ ਮੁੱਦਾ ਗਿਰੀ ਜੀ ਵਾਲਾ ਉਹ ਵਾਲਾ ਬਿਆਨ ਹੋਵੇ, ਕਿਸੇ ਨਾ ਕਿਸੇ ਕੰਟਰੋਵਰਸੀ ਵਿੱਚ ਆਮ ਆਦਮੀ ਪਾਰਟੀ ਹਮੇਸ਼ਾ ਹੀ ਘਿਰੀ ਰਹੀ ਹੈ। ਹੁਣ 2017 ਜਿਹੜੀ ਹੈ ਪੰਜਾਬ ਇਲੈਕਸ਼ਨ ਹੋਣਾ ਹੈ, ਇੱਕ ਮੂਵ ਜ਼ਰੂਰ ਆਮ ਆਦਮੀ ਪਾਰਟੀ ਦੀ ਪਿਛਲੇ 6-7 ਮਹੀਨੇ ਤੋਂ ਪੰਜਾਬ 'ਚ ਦੇਖਣ ਨੂੰ ਮਿਲਦੀ ਪਈ ਸੀਗੀ, ਤੇ ਸ਼ਾਇਦ ਇੱਥੇ ਕਰਕੇ ਏਦਾਂ ਦੇ ਇੱਕ ਤੋਂ ਬਾਅਦ ਇੱਕ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਪਈਆਂ, ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਕੱਢਦੀਆਂ ਪਈਆਂ, ਤੇ ਆਮ ਆਦਮੀ ਪਾਰਟੀ ਦੀ ਕੋਈ ਘੱਟ ਨਹੀਂ ਹੈ, ਉਹ ਵੀ ਓਨੀਆਂ ਹੀ ਕੱਢਦੀ ਪਈ ਹੈ ਦੂਜੀਆਂ ਪੋਲੀਟੀਕਲ ਪਾਰਟੀਆਂ ਦਾ ਮੁੱਦਾ। ਗੱਲ ਹੁਣ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ, ਕਿ ਬਿਲਕੁਲ ਜਦੋਂ ਵੀ ਇਲੈਕਸ਼ਨ ਹੋਣੀਆਂ ਹੁੰਦੀਆਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ, ਜਿੱਦਾਂ ਤੁਸੀਂ ਦੱਸਿਆ ਸ਼ੀਲਾ ਦੀਕਸ਼ਿਤ ਨੂੰ ਕਹਿੰਦੇ ਸੀ 2 ਮਹੀਨੇ ਦੇ ਅੰਦਰ ਅੰਦਰ ਅਸੀਂ ਚੱਕ ਕੇ ਜੇਲ੍ਹ ਚ ਪਾ ਦੇਵਾਂਗੇ, ਐਸੀ ਕੋਈ ਕਾਰਵਾਈ ਨਹੀਂ ਹੋਈ। ਜਿਹੜੀ ਕੱਲ ਇੱਕ FIR ACB ਨੇ ਕੀਤੀ ਹੈਗੀ ਹੈ ਸ਼ੀਲਾ ਦੀਕਸ਼ਿਤ ਦੇ ਖਿਲਾਫ਼ ਤੇ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ਼, ਉਹਦੇ ਤੋਂ ਸਾਫ਼ ਸਪਸ਼ਟ ਹੋ ਗਿਆ ਕਿ ਆਮ ਆਦਮੀ ਪਾਰਟੀ ਨੇ ਪਿਛਲੇ 8-10 ਮਹੀਨਿਆਂ ਤੋਂ ਉਹ ਰਿਪੋਰਟ ਦਬਾ ਕੇ ਰੱਖੀ ਹੋਈ ਸੀ। ਹੁਣ ਕਿਉਂ ਦਬਾ ਕੇ ਰੱਖੀ ਹੋਈ ਸੀ ਇਹਦਾ ਜਵਾਬ ਮੈਂ ਸਮਝਦਾ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸਾਹਿਬਾਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਦੱਸ ਸਕਦੇ ਆ। ਗੱਲਾਂ ਕਰਨਾ, ਵਾਅਦੇ ਕਰਨੇ ਤੇ ਵਾਅਦਿਆਂ ਨੂੰ ਪੂਰਾ ਕਰਨਾ ਦੋਨੋਂ ਅੱਡ ਅੱਡ ਚੀਜ਼ਾਂ ਹੁੰਦੀਆਂ। ਮੈਂ ਕਈ ਵਾਰੀ ਕਹਿ ਚੁੱਕਾ, ਮੈਂ ਅੱਜ ਫੇਰ ਕਹਿਣਾ ਕਿ ਆਮ ਆਦਮੀ ਪਾਰਟੀ ਵੀ ਹੁਣ ਬਿਲਕੁਲ ਓਦਾਂ ਹੀ ਬਿਹੇਵ ਕਰ ਰਹੀ ਹੈ ਜਿੱਦਾਂ ਬਾਕੀ ਪੋਲੀਟੀਕਲ ਪਾਰਟੀਆਂ ਰਵਾਇਤੀ ਪਾਰਟੀਆਂ ਬਿਹੇਵ ਕਰਦੀਆਂ ਸੀਗੀਆਂ। ਪੂਰੀ ਪੋਲੀਟੀਕਲ ਪਾਰਟੀ ਬਣ ਚੁੱਕੀ ਹੋਈ ਹੈਗੀ ਹੈ। ਜੋ ਪਹਿਲੇ ਇੱਕ ਨਵੀਂ ਸੋਚ ਲੋਕਾਂ ਨੂੰ ਲੱਗਦੀ ਪਈ ਸੀ, ਨਵੀਂ ਸੋਚ ਦਿਖਦੀ ਪਈ ਸੀ ਆਮ ਆਦਮੀ ਪਾਰਟੀ ਦੇ ਵਿੱਚ ਕਿ ਕਰਪਸ਼ਨ ਫ੍ਰੀ ਇੰਡੀਆ ਬਣਨਗੇ, ਇੱਕ ਅਲੱਗ ਤਰ੍ਹਾਂ ਦੀ ਰਾਜਨੀਤੀ ਹੋਏਗੀ, ਓਦਾਂ ਦਾ ਫਿਲਹਾਲ ਤਾਂ ਕੁਛ ਦੇਖਣ ਨੂੰ ਮਿਲ ਨਹੀਂ ਰਿਹਾ। ਹਾਂ, ਆਉਣ ਵਾਲੇ ਟਾਈਮ 'ਤੇ ਕੁਛ ਆਮ ਆਦਮੀ ਪਾਰਟੀ ਚੇਂਜਿਸ ਕਰਦੀ ਹੈ ਤੇ ਸ਼ਾਇਦ ਕੁਛ ਹੋ ਜਾਵੇ, ਹਜੇ ਤਾਂ ਮੈਨੂੰ ਉਹ ਬਿਲਕੁਲ ਰਵਾਇਤੀ ਪੋਲੀਟੀਕਲ ਪਾਰਟੀਆਂ ਵਰਗੀ ਹੀ ਲੱਗਦੀ ਪਈ ਹੈ। ਸੀਪੀ ਸਿੰਘ ਜੀ, ਜੇ ਵਿਭੂ ਰਣਨ ਜੀ ਦੀ ਗੱਲ ਕਰੀਏ, ਜਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ, ਇਹਨਾਂ ਨੇ ਕੇਸ ਤੇ ਵਿਦਡਰਾ ਕੀਤਾ ਸੀ, ਨਾਲ ਇਹ ਵੀ ਕਿਹਾ ਸੀ ਕਿ ਮੈਂ ਕੇਜਰੀਵਾਲ ਸਾਹਿਬ ਦੇ ਵਾਂਗੂ ਹੀ ਕੰਮ ਕਰੂੰਗਾ, ਉਹਨਾਂ ਦੇ ਨਾਲ ਹੀ ਚੱਲੂਗਾ, ਨਾਲ ਹੀ ਆਪਣੀ ਜੋ ਲੀਗਲ ਫਰਮ ਆ ਜੋ ਕਿ ਇਹਨਾਂ ਦੇ ਮੁਤਾਬਿਕ ਫ੍ਰੀ ਲੀਗਲ ਐਡਵਾਈਸ ਦਿੰਦੀ ਆ, ਉਹਦੀ ਸੇਵਾ ਵੀ ਆਮ ਆਦਮੀ ਪਾਰਟੀ
ਵਾਸਤੇ ਉਪਲਬਧ ਕਰਵਾਉਂਗਾ। ਦੋ ਮੁੱਦੇ ਨੇ, ਗਿਰੀ ਸਾਹਿਬ ਐਮ ਪੀ ਗਿਰੀ ਸਾਹਿਬ ਜੋ ਕਿ ਕੱਲ ਕੇਜਰੀਵਾਲ ਸਾਹਿਬ ਦੇ ਘਰ ਦੇ ਸਾਹਮਣੇ ਧਰਨੇ ਤੇ ਬੈਠੇ ਹੋਏ ਸੀ, ਉਹ ਵੀ ਕਰਪਸ਼ਨ ਅਗੇਨਸਟ ਕਰਪਸ਼ਨ ਵਾਲੇ ਮੁੱਦੇ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਸੀ। ਇੱਧਰ ਲੱਗ ਰਿਹਾ ਹੈ ਕਿ ਅਨੰਦ ਸਾਹਿਬ ਵੀ ਕੇਜਰੀਵਾਲ ਸਾਹਿਬ ਦੇ ਨਾਲ ਸੀ, ਪਰ ਦੋਵੇਂ ਹੁਣ ਕੇਜਰੀਵਾਲ ਸਾਹਿਬ ਦੇ ਅਗੇਨਸਟ ਨੇ। ਗਿਰੀ ਸਾਹਿਬ ਧਰਨੇ ਤੇ ਬੈਠੇ ਸੀ, ਰਾਜਨਾਥ ਸਾਹਿਬ ਦੀ ਵੇਟ ਕਰ ਰਹੇ ਸੀ। ਜਿੱਦਾਂ ਹੀ ਰਾਜਨਾਥ ਸਾਹਿਬ ਆਏ ਤੇ ਗਿਰੀ ਸਾਹਿਬ ਨੇ ਲਗਭਗ 48 ਘੰਟੇ ਹੋ ਗਏ ਸੀ, 48 ਘੰਟੇ ਭੁੱਖ ਹੜਤਾਲ ਮੁਸ਼ਕਿਲ ਵੀ ਹੁੰਦੀ ਆ। ਮੈਨੂੰ ਪਹਿਲਾਂ ਹੀ ਲੱਗਦਾ ਸੀ ਸ਼ਾਇਦ 2-3 ਦਿਨ ਦਾ ਇਹ ਖੇਡ ਆ, ਇਸ ਤੋਂ ਜ਼ਿਆਦਾ ਚੱਲੂਗਾ ਨਹੀਂ। ਉਹਨਾਂ ਆਪਣਾ ਬੋਰੀ ਬਿਸਤਰ ਚੱਕਿਆ, ਉਹ ਚਲੇ ਗਏ। ਪਰ ਅਨੰਦ ਸਾਹਿਬ ਨੇ ਲੱਗਦਾ ਹੈ ਕਿ ਅਜੇ ਤੱਕ ਅਨੰਦ ਸਾਹਿਬ ਨੇ ਆਪਣੇ ਕੰਮ ਪੂਰਾ ਕਰ ਰਹੇ ਨੇ। ਕੰਪਲੇਂਟ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਤੀ ਆ ਤੇ ਕੰਪਲੇਂਟ ਦੂਜੇ ਪਾਸੇ ਪ੍ਰੈਜ਼ੀਡੈਂਟ ਨੂੰ ਵੀ ਭੇਜਤੀ ਆ। ਕੀ ਕਾਰਨ ਨੇ ਜੋ ਲੋਕ ਕੇਜਰੀਵਾਲ ਸਾਹਿਬ ਦੇ ਨਾਲ ਕਰਪਸ਼ਨ ਵਾਲੇ ਮੁਹਿੰਮ ਚ ਨਾਲ ਸੀ, ਅੱਜ ਉਹਨਾਂ ਦੇ ਉਲਟ ਹੋ ਗਏ ਨੇ? ਦੇਖੋ ਹਰਪ੍ਰੀਤ ਜੀ, ਅਜੀਤ ਜੀ ਮੇਰਾ ਕੁਐਸਚਨ ਸੀਪੀ ਸਿੰਘ ਜੀ ਨੂੰ ਸੀ ਪਹਿਲਾਂ, ਉਸ ਤੋਂ ਬਾਅਦ ਤੁਸੀਂ ਜਰੂਰ ਜਵਾਬ ਦੇ ਸਕਦੇ ਹੋ। ਜੀ 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 ਹਰਪ੍ਰੀਤ ਜੀ, ਮੈਨੂੰ ਇਹ ਲੱਗਦਾ ਕਿ ਠੀਕ ਹੈ, ਉਹਨਾਂ ਉਹ ਪਹਿਲਾਂ ਉਹਨਾਂ ਦੇ ਨਾਲ ਸੀ, ਉਹਨਾਂ ਦੇ ਲੀਗਲ ਐਡਵਾਈਜ਼ਰ ਵੀ ਸੀਗੇ। ਬਟ ਕਿਤੇ ਕਿਤੇ ਇਹ ਚੀਜ਼ ਮੈਨੂੰ, ਮੇਰਾ ਜ਼ਾਤੀ ਮੰਨਣਾ ਇਹ ਹੈ ਕਿ ਉਹ ਪੋਲੀਟੀਕਲੀ ਇੰਸਪਾਇਰਡ ਵੀ ਹੋ ਸਕਦਾ, ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਕੋਈ ਵੀ ਕੰਮ ਪਰਟੀਕੁਲਰ ਤਰੀਕੇ ਨਾਲ ਕਰਨ ਦਿੱਤਾ ਨਹੀਂ ਜਾ ਰਿਹਾ। ਸੋ ਜਿਸ ਤਰ੍ਹਾਂ ਵਿਬੋਰ ਜੀ ਨੇ ਕਿਹਾ ਕਿ ਮੈਂ ਇਸ ਵਾਰ ਕੰਪਲੇਂਟ ਫਾਈਲ ਕੀਤੀ, ਮੈਂ ਉਹਨਾਂ ਦੇ ਨਾਲ ਸੀ। ਸੋ ਆਈ ਥਿੰਕ ਜਿਹੜਾ ਬੰਦਾ ਉਹਨਾਂ ਦੇ ਨਾਲ ਚੱਲ ਰਿਹਾ ਕੈਂਪੇਨ ਦੇ ਵਿੱਚ, ਕੈਂਪੇਨ ਤੋਂ ਬਾਅਦ ਵੀ ਕਿ ਮੈਂ ਤੁਹਾਡਾ ਐਜ਼ ਅ ਲੀਗਲ ਐਡਵਾਈਜ਼ਰ ਆਈ ਵਿਲ ਡੂ ਵਰਕ ਫਾਰ ਯੂ, ਤਾਂ ਉਹਦੇ ਲਈ ਏਦਾਂ ਦੀ ਕੰਪਲੇਂਟ ਫਾਈਲ ਕਰਨੀਆਂ ਔਰ ਏਦਾਂ ਦੇ ਅਪੋਜੀਸ਼ਨ ਕਰਨੀਆਂ ਮੈਂ ਮਾਨਾ ਨਹੀਂ ਰੱਖਦੀਆਂ, ਬਜਾਏ ਇਸਦੇ ਕਿ ਉਹ ਇਹ ਕੰਪਲੇਂਟ ਫਾਈਲ ਕਰਦਾ ਅਰਵਿੰਦ ਕੇਜਰੀਵਾਲ ਨਾਲ। ਐਮੀਡੀਏਟਲੀ ਗੱਲਬਾਤ ਵੀ ਹੋ ਸਕਦੀ ਸੀ। ਇੱਕ ਪਾਸੋਂ ਮੈਨੂੰ ਇਹ ਵੀ ਲੱਗਦਾ ਕਿ ਇਹ ਇੱਕ ਤਰ੍ਹਾਂ ਦਾ ਮਾਰਕੀਟਿੰਗ ਸਟੰਟ, ਪੋਲੀਟੀਕਲ ਮਾਰਕੀਟਿੰਗ ਸਟੰਟ ਵੀ ਹੋ ਸਕਦਾ ਕਿ ਆਪਣੇ ਆਪ ਨੂੰ ਹਾਈਲਾਈਟ ਕਰਨ ਦੀ। ਜੀ ਜੀ ਦੇਖੋ ਹਰਪ੍ਰੀਤ ਜੀ, ਇਹ ਚਾਹੇ ਤਾਂ ਇਹ ਨੇ ਜਿਹੜੇ ਭਾਈ ਸਾਹਿਬ ਆਪਣੇ ਨਾਲ ਹੁਣ ਗੱਲ ਕਰ ਰਹੇ ਸੀ ਅਨੰਦ ਸਾਹਿਬ, ਚਾਹੇ ਦੂਸਰੇ, ਦੇਖੋ ਇਹ ਕਾਫੀ ਲਿਸਟ ਲੰਬੀ ਹੋ ਗਈ ਆ, ਚਾਹੇ ਅਨੰਦ ਸਾਹਿਬ ਹੋਏ, ਗਿਰੀ ਸਾਹਿਬ ਹੋਏ, ਉਸ ਤੋਂ ਪਹਿਲਾਂ ਯੁਗਿੰਦਰ ਯਾਦਵ ਤੇ ਸ਼ਾਂਤੀ ਭੂਸ਼ਣ ਤੇ ਉਹਨਾਂ ਦੇ ਪਿਤਾ ਜੀ, ਇਹੋ ਜਿਹੇ ਕਿੰਨੇ ਜਿਹੜੇ ਲੋਕ ਨੇ ਉਹ ਕੇਜਰੀਵਾਲ ਸਾਹਿਬ ਨਾਲ ਉੱਪਰ ਗਏ ਨੇ। ਹੁਣ ਜਿਹੜੇ ਸ਼ਾਂਤੀ ਭੂਸ਼ਣ ਤੇ ਪ੍ਰਸ਼ਾਂਤ ਭੂਸ਼ਣ ਨੇ, ਇਹ ਮੇਰਾ ਖਿਆਲ ਹੈ ਅੱਜ ਦੀ ਜਿਹੜੀ ਕੁਛ ਸਾਲਾਂ ਦੀ ਪੋਲਿਟਿਕਸ ਹੈ, ਉਹਨਾਂ ਚ ਉਹਨਾਂ ਵਾਂਗੂ ਕਿਸੇ ਨੇ ਨੀ ਕੀਤਾ। ਉਹਨਾਂ ਚ ਉਹਨਾਂ ਨੇ ਪਾਰਟੀ ਖੜੀ ਕਰਨ ਵਾਸਤੇ 1 ਕਰੋੜ ਰੁਪਇਆ ਆਪਣੀ ਜੇਬ ਚ ਦਿੱਤਾ ਸੀ। ਉਹਨਾਂ ਲੋਕਾਂ ਨੂੰ ਵੀ ਉਹਦੇ ਨਾਲ ਤੋਂ ਟੁੱਟਣਾ ਪਿਆ। ਯੁਗਿੰਦਰ ਯਾਦਵ ਮੰਨੇ ਪਰ ਮੰਨੇ ਪੱਤਰਕਾਰ ਰਹੇ ਨੇ, ਸਿਆਣੇ ਬੰਦੇ ਨੇ, ਉਹਨਾਂ ਨੂੰ ਉਹਨਾਂ ਨਾਲ ਤੋਂ ਟੁੱਟਣਾ ਪਿਆ। ਹੁਣ ਇਹ ਲੋਕ ਜਿਹੜੇ ਘੱਟ ਪਾਪੂਲਰ ਸੀ ਉਹ ਵੀ ਟੁੱਟ ਕੇ ਉਹ ਤੋਂ ਵਿਰੁੱਧ ਚੱਲ ਰਹੇ ਨੇ। ਇਹਦਾ ਮਤਲਬ ਭਾਵੇਂ ਅਸੀਂ ਇਹ ਨੀ ਕਹਿੰਦੇ ਕਿ ਕੇਜਰੀਵਾਲ ਜਿਹੜੇ ਹੈਗੇ ਨੇ ਉਹ ਕੋਈ ਪੈਸੇ ਦੀ ਹੇਰਾਫੇਰੀ ਕਰਨ ਵਾਲੇ ਪੋਲੀਟੀਸ਼ੀਅਨ ਨੇ, ਜਾਂ ਜਿਹਨੂੰ ਆਪਾਂ ਸਿੱਧੇ ਲਫ਼ਜ਼ ਵਿੱਚ ਕਹਿ ਲਈਏ ਕਿ ਬੇਈਮਾਨ ਪੋਲੀਟੀਸ਼ੀਅਨ ਨੇ, ਭਾਵੇਂ ਨਾ ਵੀ ਹੋਣ, ਕਿਤੇ ਨਾ ਕਿਤੇ ਉਹਨਾਂ ਦੀ ਪੋਲੀਟੀਕਲ ਅਪਰੋਚ ਔਰ ਉਹਨਾਂ ਦਾ ਕੰਮ ਕਰਨ ਦਾ ਢੰਗ, ਚਾਹੇ ਉਹਨੂੰ ਆਟੋਕ੍ਰੈਟਿਕ ਕਹਿ ਲਓ, ਚਾਹੇ ਕੋਈ ਵੀ ਉਹਨੂੰ ਲਫ਼ਜ਼ ਉਹਦੇ ਵਾਸਤੇ ਵਰਤੋਂ, ਕਿਤੇ ਨਾ ਕਿਤੇ ਕੋਈ ਬਹੁਤ ਵੱਡਾ ਨੁਕਸ ਜ਼ਰੂਰ ਹੈਗਾ ਉਹਨਾਂ ਦੇ ਕੰਮ ਕਰਨ ਦੇ ਢੰਗ ਤਰੀਕੇ ਦੇ ਵਿੱਚ, ਜਿਹੜਾ ਲੋਕਾਂ ਨੂੰ ਉਹਨਾਂ ਦੇ ਵਿਰੁੱਧ ਖੜੇ ਕਰੀ ਜਾ ਰਿਹਾ। ਨਹੀਂ ਤਾਂ ਜੇ ਕਹੋ ਰਹੀ ਦੂਸਰੀ ਗੱਲ ਜਿਹੜੀ ਆਪਾਂ ਕਹਿ ਰਹੇ ਸੀ ਕਿ ਪੋਲੀਟੀਕਲ ਅੰਬੀਸ਼ਨ, ਦੇਖੋ ਜਿਹੜਾ ਬੰਦਾ ਪੋਲੀਟੀਕਲ ਪਾਰਟੀ ਦੇ ਨਾਲ ਤੁਰੇਗਾ, ਆਪਾਂ ਮੰਨ ਕੇ ਚੱਲੀਏ ਕਿ ਉਹਦੀ ਕੋਈ ਪੋਲੀਟੀਕਲ ਅੰਬੀਸ਼ਨ ਨਹੀਂ ਹੋਵੇਗੀ, ਇਹ ਤੇ ਹੈ ਵੀ ਨਹੀਂ। ਈਵਨ ਜਦੋਂ ਕੇਜਰੀਵਾਲ ਸਾਹਿਬ ਚੱਲੇ ਨੇ ਉਦੋਂ ਉਹਨਾਂ ਨੇ ਕਿੰਨੀ ਵਾਰੀ ਕਹਿ ਚੁੱਕਾ ਕਿ ਮੇਰੀ ਪੋਲੀਟੀਕਲ ਅੰਬੀਸ਼ਨ ਨਹੀਂ, ਪਰ ਉਸ ਤੋਂ ਬਾਵਜੂਦ ਉਹਨਾਂ ਦੀ ਪੋਲੀਟੀਕਲ ਅੰਬੀਸ਼ਨ ਹੈਗੀ ਸੀ ਉਹਨਾਂ ਕੋਲੇ। ਤੇ ਜੇ ਦੂਜੇ ਲੋਕ ਕਿਸੇ ਪੋਲੀਟੀਕਲ ਅੰਬੀਸ਼ਨ ਰੱਖਦੇ ਨੇ, ਇਹ ਚ ਕੋਈ ਬੁਰਾਈ ਨਹੀਂ, ਪਰ ਉਹ ਅੰਬੀਸ਼ਨ ਪੂਰੀ ਕਰਨ ਵਾਸਤੇ ਕੀ ਢੰਗ ਤਰੀਕੇ ਪਾਉਂਦੇ ਨੇ, ਜਾਂ ਕਿਆ ਉਹਨਾਂ ਦੇ ਉਹਨਾਂ ਤੋਂ ਵੱਖਰੇ ਹੋਣ ਦੇ ਜਿਹੜੇ ਕਾਰਨ ਨੇ ਉਹ ਵੈਲਿਡ ਨੇ ਕਿ ਉਹਨਾਂ ਦੀ ਸਿਰਫ ਨਿੱਜੀ ਲਾਲਚ ਕਰਕੇ ਨੇ, ਇਹਨਾਂ ਗੱਲਾਂ ਤੇ ਤਾਂ ਵਿਚਾਰ ਕਰਨ ਵਾਲੀ ਗੱਲ ਹੈਗੀ। ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਅੱਜ ਕੇਜਰੀਵਾਲ ਸਾਹਿਬ ਦੇ ਕੰਮ ਕਰਨ ਦੇ ਤਰੀਕੇ 'ਚ ਕੋਈ ਨੁਕਸ ਜ਼ਰੂਰ ਹੈਗਾ, ਕਿ ਕਾਫੀ ਸਿਆਣੇ ਲੋਕ ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ, ਯੁਗਿੰਦਰ ਯਾਦਵ ਵਰਗੇ ਜਿਹੜੇ ਉਹਨਾਂ ਤੋਂ ਟੁੱਟ ਕੇ ਪਾਸੇ ਜਾ ਰਹੇ ਨੇ, ਇਹਨਾਂ ਬਾਰੇ ਉਹਨਾਂ ਨੂੰ ਸੋਚਣਾ ਜ਼ਰੂਰ ਚਾਹੀਦਾ। ਇੱਕ ਕਾਰਨ ਹੋਰ ਦੇਖੀਏ ਕਿ ਮੋਦੀ ਸਾਹਿਬ ਦੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਕਾਂਗਰਸ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। 2019 ਦੀਆਂ ਇਲੈਕਸ਼ਨਾਂ ਤੇ ਵੀ ਬੀਜੇਪੀ ਦੀ ਆਖਿਆ,
ਤੇ ਬੀਜੇਪੀ ਜੇ ਉਹ ਲੀਡਰਾਂ ਵੱਲ ਨਿਗਾਹ ਮਾਰੇ ਕਿ ਕਿਹੜੇ ਲੀਡਰ ਨੇ ਜੋ 2019 ਚ ਐਜ਼ ਏ ਇੰਡੀਆ ਵਿੱਚ ਪ੍ਰਾਈਮ ਮਿਨਿਸਟਰ ਕੈਂਡੀਡੇਟ ਆਪਣੇ ਆਪ ਨੂੰ ਅੱਗੇ ਕਰ ਸਕਦੇ ਨੇ, ਉਹਨਾਂ ਵਿੱਚ ਕੇਜਰੀਵਾਲ ਸਾਹਿਬ ਦਾ ਨਾਮ ਵੀ ਕਾਫੀ ਅੱਗੇ ਆਉਂਦਾ ਵਾ। ਕੀ ਬੀਜੇਪੀ ਹੁਣ ਤੋਂ ਹੀ ਕੇਜਰੀਵਾਲ ਸਾਹਿਬ ਨੂੰ ਜਾਣ ਕੇ ਬਦਨਾਮ ਜਾਂ ਫਸਾ ਰਹੀ ਹੈ ਤਾਂ ਕਿ 2019 ਤੇ ਦੂਰ ਪੰਜਾਬ ਇਲੈਕਸ਼ਨ ਵੀ ਨਾ ਜਿੱਤ ਪਾਉਣ? ਕੀ ਇਹ ਸਾਰਾ ਮੁੱਦਾ ਹੀ ਪੋਲੀਟੀਕਲ ਹੈ ਦਿਲਰਾਜ ਜੀ? ਬਿਲਕੁਲ ਹਰਪ੍ਰੀਤ ਜੀ ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਏ ਹੈਗੀ ਨੀ ਕਿ ਇਹ ਪੋਲੀਟੀਕਲ ਮੁੱਦਾ ਨਾ ਹੋਵੇ। ਜੋ ਕੁਛ ਵੀ ਇੱਥੇ ਹੁੰਦਾ, ਚਾਹੇ ਜਿਹੜੀ ਮਰਜ਼ੀ ਪੋਲੀਟੀਕਲ ਪਾਰਟੀ ਕਰਦੀ ਹੈ, ਉਹ ਨਾਮ ਹੀ ਪੋਲੀਟੀਕਲ ਪਾਰਟੀ ਹੈ ਤੇ ਪੋਲੀਟਿਕਸ ਤਾਂ ਉਹ ਕਰਨਗੇ ਕਰਨਗੇ। 2019 ਤਾਂ ਮੈਂ ਸਮਝਦਾ ਬਹੁਤ ਦੂਰ ਹੈ। ਇਸ ਵੇਲੇ ਬੀਜੇਪੀ ਦੀ ਸਭ ਤੋਂ ਵੱਡੀ ਜਿਹੜੀ ਪ੍ਰੀਖਿਆ ਵਾ ਉਹ ਪੰਜਾਬ ਇਲੈਕਸ਼ਨ ਤੇ ਯੂਪੀ ਇਲੈਕਸ਼ਨ ਹੈਗੀ ਹੈ, ਕਿਉਂਕਿ ਰਾਜ ਸਭਾ ਵਿੱਚ ਨੰਬਰ ਪੂਰੇ ਕਰਨ ਲਈ ਇਹ ਦੋਨੋਂ ਸਟੇਟਸ ਜਿੱਤਣੀਆਂ ਬਹੁਤ ਜ਼ਰੂਰੀ ਹੈ ਬੀਜੇਪੀ ਲਈ। ਤੇ ਮੈਂ ਸਮਝਦਾ ਇਸ ਵੇਲੇ ਬੀਜੇਪੀ ਦਾ ਪੂਰਾ ਫੋਕਸ 2017 ਪੰਜਾਬ ਤੇ ਯੂਪੀ ਇਲੈਕਸ਼ਨ ਦੇ ਉੱਤੇ ਲੱਗਿਆ ਹੋਇਆ। ਤੇ ਜੋ ਕੁਛ ਵੀ ਇਹ ਚਾਹੇ ਬੀਜੇਪੀ ਮੂਵ ਕਰਦੀ ਪਈ ਹੈ ਉਹ ਆਪਣੇ ਫਾਇਦੇ ਲਈ ਕਰਦੀ ਪਈ ਹੈ, ਚਾਹੇ ਉਲਟਾ ਪੰਜਾਬ ਵਰਗੀ ਕੰਟਰੋਵਰਸੀ ਲੈ ਕੇ ਜਾਂ ਨਸ਼ੇ ਨੂੰ ਲੈ ਕੇ ਆਮ ਆਦਮੀ ਪਾਰਟੀ ਮੂਵ ਕਰਦੀ ਪਈ ਹੈ ਉਹ ਆਪਣੇ ਫਾਇਦੇ ਲਈ ਕਰਦੀ ਪਈ ਹੈ, ਚਾਹੇ ਕਾਂਗਰਸ ਥਾਂ ਥਾਂ ਤੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਕਰਦੀ ਪਈ ਹੈ ਉਹ ਆਪਣੇ ਫਾਇਦੇ ਲਈ ਕਰਦੀ ਪਈ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਕੁਛ ਕਰਦਾ ਉਹ ਆਪਣੇ ਫਾਇਦੇ ਲਈ ਕਰਦਾ ਪਿਆ। ਲੋਕਾਂ ਦਾ ਕੀ ਹੋਏਗਾ, ਲੋਕਾਂ ਦਾ ਕੀ ਸਰੋਕਾਰ ਹੋਏਗਾ, ਲੋਕਾਂ ਨੂੰ ਕਿੰਨਾ ਫਾਇਦਾ ਹੋਏਗਾ ਇਹਨਾਂ ਦੀਆਂ ਪੋਲੀਟੀਕਲ ਮੂਵ ਨਾਲ, ਉਹ ਜੱਗ ਜਾਹਿਰ ਹੈ। ਮੈਂ ਸਮਝਦਾ ਕਿ ਮੈਂ ਬਹੁਤ ਛੋਟਾ ਬੰਦਾ ਵਾ ਉਹਨੂੰ ਕਮੈਂਟ ਕਰਨ ਨੂੰ, ਸਾਰਿਆਂ ਨੂੰ ਸਾਰੇ ਸੂਝਵਾਨ ਵੋਟਰ ਨੇ ਸੂਝਵਾਨ ਲੋਕ ਨੇ ਸਾਰਿਆਂ ਨੂੰ ਪਤਾ ਹੋਏਗਾ, ਪਰ ਇਹਦੇ ਵਿੱਚ ਕੋਈ 1% ਵੀ ਝੂਠ ਨਹੀਂ ਹੈਗਾ ਕਿ ਪੋਲੀਟੀਕਲ ਪਾਰਟੀਆਂ ਜੋ ਕੁਛ ਕਰਦੀਆਂ ਹਰ ਆਪਣੇ ਫਾਇਦੇ ਲਈ ਕਰਦੀਆਂ, ਆਪਣੇ ਵੋਟ ਬੈਂਕ ਲਈ ਕਰਦੀਆਂ, ਆਪਣੀਆਂ ਸੀਟਾਂ ਪੱਕੀਆਂ ਕਰਨ ਲਈ ਕਰਦੀਆਂ। ਸੀਪੀ ਸਿੰਘ ਜੀ, ਜੇ ਜਿਸ ਤਰ੍ਹਾਂ ਇਸ ਟਾਈਮ ਕੁਛ ਕੇਸਿਸ ਵਿੱਚ ਕੇਜਰੀਵਾਲ ਸਾਹਿਬ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜੇ ਬੀਜੇਪੀ ਗੌਰਮੈਂਟ ਇੱਕ ਜਾਂ ਦੋ ਕੇਸਾਂ ਕਰਪਸ਼ਨ ਦੇ ਕੇਸਾਂ ਵਿੱਚ ਆਮ ਆਦਮੀ ਪਾਰਟੀ ਦੀ ਕੁਛ ਨੁਮਾਇੰਦਿਆਂ ਨੂੰ ਕੁਛ MLAs ਦੀਆਂ ਕੇਜਰੀਵਾਲ ਸਾਹਿਬ ਨੂੰ ਫਸਾ ਲੈਂਦੇ ਆ, ਝੂਠੇ ਜਾਂ ਸੱਚੇ ਤੇ ਅਸੀਂ ਬਹਿਸ ਨਹੀਂ ਕਰਨੀ, ਤੇ ਕੀ ਉਹਦਾ ਫਾਇਦਾ ਪੰਜਾਬ ਦੀ ਇਲੈਕਸ਼ਨ ਵਿੱਚ ਹੋਊਗਾ ਬੀਜੇਪੀ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ? 100% ਹੋਏਗਾ ਹਰਪ੍ਰੀਤ ਜੀ, ਬਿਕੋਜ਼ ਦੇਖੋ ਤੁਸੀਂ ਪੁਰਾਣੀ ਹਿਸਟਰੀ ਵੀ ਦੇਖ ਲਓ ਤਾਂ ਏਦਾਂ ਦੇ ਇਵੈਂਟਸ ਕੋਈ ਉੱਠ ਕੇ ਕਿਸੇ ਨੇ ਕੰਪਲੇਂਟ ਕਰ ਦੇਣੀ ਜਾਂ ਕਿਸੇ ਕੋਈ ਕੰਟਰੋਵਰਸੀ ਕ੍ਰੀਏਟ ਕਰ ਦੇਣੀ ਇਲੈਕਸ਼ਨ ਦੇ ਨਜ਼ਦੀਕ ਹੀ ਹੁੰਦੀਆਂ ਹਨ। ਉੱਤਰ ਪੰਜਾਬ ਕੰਟਰੋਵਰਸੀ ਲੈ ਲਓ ਜਾਂ ਕੋਈ ਹੋਰ ਏਦਾਂ ਦੀ ਕੰਟਰੋਵਰਸੀ ਕ੍ਰੀਏਟ ਕਰ ਲਓ ਜਿਸ ਨਾਲ ਕਿਸੇ ਦੀ ਛਵੀ ਨੂੰ ਖਰਾਬ ਕੀਤਾ ਜਾਵੇ ਉਹ ਇਲੈਕਸ਼ਨ ਦੇ ਨੇੜੇ ਹੀ ਕੀਤਾ ਜਾਂਦਾ। ਸੋ ਆਈ ਐਮ 100% ਸ਼ੋਰ ਕਿ ਜੇ ਏਦਾਂ ਦਾ ਕੁਝ ਹੁੰਦਾ ਤਾਂ ਪੰਜਾਬ ਇਲੈਕਸ਼ਨ ਨੂੰ ਕੰਸੈਂਟਰੇਟ ਕਰਕੇ ਹੀ ਉਹਦੇ ਤੇ ਇਫੈਕਟ ਜ਼ਰੂਰ ਹੋਏਗਾ। ਪਰ ਫਾਇਦਾ ਤੇ ਨੁਕਸਾਨ ਕਿਹਨੂੰ ਹੋਊਗਾ? ਹਾਲੇ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਫਾਇਦਾ ਨੁਕਸਾਨ ਕਿਹਨੂੰ ਹੋਏਗਾ। ਹੁਣੇ ਹੁਣੇ ਇੱਕ ਟਵੀਟ ਕੀਤਾ ਹੈ ਆਪ ਨੇ ਕਿ ਸਟਿਲ ਅਵੇਟਿੰਗ ਜਸਟਿਸ ਇਨ 1984 ਕੇਸ। ਸੋ ਇਹ ਵੀ ਇੱਕ ਉਹੀ ਹੈ ਕਿ ਇਲੈਕਸ਼ਨ ਨਜ਼ਦੀਕ ਹੈ, ਇਸ ਮੁੱਦੇ ਨੂੰ ਵੀ ਨਾਲ ਨਾਲ ਚਲਾਇਆ ਜਾ ਸਕੇ ਤਾਂ ਕਿ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਨੂੰ ਜਿੱਤਿਆ ਜਾ ਸਕੇ ਜਾਂ ਉਹਨਾਂ ਦੇ ਸੈਂਟੀਮੈਂਟਸ ਨਾਲ ਇਸ ਇਲੈਕਸ਼ਨ ਤੇ ਇਫੈਕਟ ਪਾਇਆ ਜਾ ਸਕੇ। ਸੋ ਹਜੇ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿਸ ਨੂੰ ਫਾਇਦਾ ਹੋਏਗਾ, ਬਟ ਜ਼ਰੂਰ ਇਹ ਪੋਲੀਟੀਕਲੀ ਇੰਸਪਾਇਰਡ ਜ਼ਰੂਰ। ਅਜੀਤ ਜੀ ਦੇਖੋ, ਹਰਪ੍ਰੀਤ ਜੀ, ਫਾਇਦਾ ਨੁਕਸਾਨ ਤਾਂ ਇਹ ਹੈ ਕਿ ਜੇ ਕਿਸੇ ਗੱਲ ਤੋਂ ਕੇਜਰੀਵਾਲ ਸਾਹਿਬ ਦੀ ਪਾਰਟੀ ਕਲੰਕਿਤ ਹੁੰਦੀ ਹੈ ਤਾਂ ਇਹਨਾਂ ਨੂੰ ਨੁਕਸਾਨ ਹੋਏਗਾ, ਜੇ ਨਹੀਂ ਹੁੰਦੀ ਤਾਂ ਇਹਦੇ ਵਿੱਚੋਂ ਇੱਕ ਇਹ ਫਾਇਦਾ ਵੀ ਲੈਣ ਦੀ ਕੋਸ਼ਿਸ਼ ਕਰਨਗੇ ਕਿ ਸਾਨੂੰ ਜਾ ਕੇ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ, ਸਾਨੂੰ ਵਿਕਟੇਮਾਈਜ਼ ਕੀਤਾ ਜਾ ਰਿਹਾ, ਬੜੇ ਜ਼ੋਰ ਸ਼ੋਰ ਨਾਲ ਇਹ ਵੀ ਪ੍ਰਚਾਰ ਕਰਨਗੇ। ਪਰ ਜੇ ਕੋਈ ਸੋਲਿਡ ਡਿਸੀਜ਼ਨ ਇਹਨਾਂ ਦੇ ਅਗੇਂਸਟ ਆ ਜਾਂਦਾ ਫਿਰ ਇਹ ਅਸੀਂ ਤੋਂ ਨਹੀਂ ਬਚ ਸਕਣਗੇ ਕਿ ਨੁਕਸਾਨ ਨਾ ਹੋਵੇ, ਫਿਰ ਇਹਨਾਂ ਨੂੰ ਨੁਕਸਾਨ ਹੋਏਗਾ। ਤੇ ਜਿੰਨੀ ਚਿਰ ਪੋਲੀਟੀਕਲ ਲੈਵਲ ਤੇ ਉਨੀ ਦੇਰ ਇਹਨਾਂ ਨੂੰ ਇਹ ਮੁੱਦਾ ਵੀ ਬਣਾਉਣਗੇ ਇਸ ਚੀਜ਼ ਨੂੰ ਕਿ ਸਾਨੂੰ ਕੰਮ ਕਰਨਾ ਹੀ ਦਿੱਤਾ ਜਾ ਰਿਹਾ, ਸਾਡੇ ਤੇ ਦੋਸ਼ ਐਵੇਂ ਹੀ ਲੱਗ ਰਹੇ ਨੇ। ਸੋ ਇੱਕ ਇਸ ਸਥਿਤੀ ਵਿੱਚ ਜਿਹੜੇ ਹੈਗੇ ਆ ਸਾਰੀਆਂ ਗੱਲਾਂ ਚਲੇ ਜਾਂਦੀਆਂ ਨੇ, ਉਹ ਚੀਜ਼ ਵੀ ਮੈਟਰ ਕਰੂਗੀ ਤੇ ਜੇ ਕੋਈ ਚੀਜ਼ ਸਾਹਮਣੇ ਆ ਜਾਂਦੀ ਆ ਤੇ ਨੁਕਸਾਨ ਤਾਂ ਫਿਰ ਹੁੰਦਾ ਹੀ ਆ ਜਿਸ ਪਾਰਟੀ ਤੇ ਦੋਸ਼ ਲੱਗੇ, ਇਹ 'ਚ ਕੋਈ ਗੱਲ ਨਹੀਂ, ਇਹ ਤਾਂ ਸਪਸ਼ਟ ਗੱਲ ਹੈ। ਜੇ ਇੰਡੀਆ ਅਗੇਨਸਟ ਕਰਪਸ਼ਨ ਮੁਹਿੰਮ ਦੀ ਗੱਲ ਕਰੀਏ ਜਿਹਦੇ ਵਿੱਚ ਕੇਜਰੀਵਾਲ ਸਾਹਿਬ, ਗਿਰੀਸ਼ ਸਾਹਿਬ ਤੇ ਨਾਲ ਹੀ ਕਿਰਨ ਬੇਦੀ ਮੈਡਮ ਵੀ ਸੀ, ਕਾਫੀ ਐਨਾਲਿਸਟ ਦਾ ਮੰਨਣਾ ਹੈ ਕਿ ਬੀਜੇਪੀ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਨੂੰ
ਕਾਫੀ ਜ਼ਿਆਦਾ ਇੰਟਰਨਲ ਹੈਲਪ ਕੀਤੀ ਸੀ। ਬਾਬਾ ਰਾਮਦੇਵ ਨੂੰ ਵੀ ਆਪਾਂ ਨਹੀਂ ਭੁੱਲ ਸਕਦੇ ਕਿਉਂਕਿ ਬੀਜੇਪੀ ਚਾਹੁੰਦੀ ਸੀ ਕਾਂਗਰਸ ਦੇ ਖਿਲਾਫ ਇਹ ਮੁਹਿੰਮ ਸਟਰੋਂਗ ਹੋਏ, ਨੁਕਸਾਨ ਕਾਂਗਰਸ ਦਾ ਹੀ ਹੋਊਗਾ। ਜੇ ਦੇਖੀਏ ਤੇ ਬਾਬਾ ਰਾਮਦੇਵ ਦਾ ਵੀ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਹੁਣ ਤੇ ਅਸੀਂ ਕਹਿ ਸਕਦੇ ਹਾਂ ਬੀਜੇਪੀ ਦੇ ਕਾਫੀ ਨੇੜੇ ਨੇ। ਮੈਡਮ ਕਿਰਨ ਬੇਦੀ ਜੋ ਕਿ ਬੀਜੇਪੀ ਤੋਂ ਵੱਲੋਂ ਦਿੱਲੀ ਦੇ ਚੀਫ ਮਿਨਿਸਟਰ ਵੀ ਸੀ, ਹੁਣ ਪੌਂਡੀਚੇਰੀ ਦੇ ਗਵਰਨਰ ਨੇ। ਗਿਰੀ ਸਾਹਿਬ ਜੋ ਕਿ ਆਪਣੇ ਆਪ ਨੂੰ ਕੇਜਰੀਵਾਲ ਸਾਹਿਬ ਦੇ ਨਾਲ ਦੱਸਦੇ ਸੀ ਇੰਡੀਆ ਅਗੇਨਸਟ ਕਰਪਸ਼ਨ, ਹੁਣ ਬੀਜੇਪੀ ਚ ਨੇ। ਤੇ ਜੇ ਅਸੀਂ ਇਹ ਕਹੀਏ ਕਿ ਇੰਡੀਆ ਅਗੇਨਸਟ ਕਰਪਸ਼ਨ ਜਾਂ ਫਿਰ ਅੰਨਾ ਹਜ਼ਾਰੇ ਦਾ ਮੂਵਮੈਂਟ ਸੀ, ਉਹਦਾ ਫਾਇਦਾ ਜ਼ਿਆਦਾ ਬੀਜੇਪੀ ਨੇ ਲਿਆ ਵਾ, ਕੀ ਉਹ ਸਹੀ ਹੋਊਗਾ ਜਾਂ ਗਲਤ ਹੋਊਗਾ? ਹਰਪ੍ਰੀਤ ਜੀ, ਬਿਲਕੁਲ ਬਿਲਕੁਲ ਵੈਲਿਡ ਪੁਆਇੰਟ ਹੈ ਤੁਹਾਡਾ, 100% ਸਹੀ ਹੋਏਗਾ। ਸ਼ਾਇਦ ਉਹੀ ਇੱਕ ਐਸਾ ਅੰਦੋਲਨ ਸੀਗਾ ਜਿਹਦੇ ਕਰਕੇ ਕਾਂਗਰਸ 44 ਸੀਟਾਂ ਤੇ ਸਿਮਰ ਕੇ ਰਹਿ ਗਈ। ਪੂਰੇ ਦੇਸ਼ ਦੇ ਵਿੱਚ ਇੱਕ ਐਸੀ ਲਹਿਰ, ਉਹ ਜਿਹੜਾ ਇੱਕ ਇੰਡੀਆ ਅਗੇਂਸਟ ਕਰਪਸ਼ਨ ਦਾ ਇੱਕ ਧਰਨਾ ਪ੍ਰਦਰਸ਼ਨ ਅੰਨਾ ਹਜ਼ਾਰੇ ਨੇ ਦਿੱਲੀ ਦੇ ਵਿੱਚ ਲਾਇਆ ਸੀਗਾ, ਇੱਕ ਐਸੀ ਜੇਬ ਬਣੀ ਕਾਂਗਰਸ ਦੇ ਖਿਲਾਫ, ਉਹਨੇ ਕਾਂਗਰਸ ਨੂੰ ਰੋਲ ਕੇ ਰੱਖਦਾ। ਅੱਜ ਕਾਂਗਰਸ ਦੀ ਜੋ ਸਥਿਤੀ ਪੂਰੀ ਇੰਡੀਆ ਦੇ ਵਿੱਚ ਚੱਲਦੀ ਪਈ ਆ, ਮੈਂ ਸਮਝਦਾ ਉਹ ਦੱਸਣ ਦੀ ਲੋੜ ਨਹੀਂ ਹੈਗੀ। ਹਰ ਜਗ੍ਹਾ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ, ਕਾਂਗਰਸ ਦਾ ਕੋਈ ਆਧਾਰ ਹੀ ਨਹੀਂ ਰਿਹਾ ਏਦਾਂ ਲੱਗ ਰਿਹਾ ਪੂਰੇ ਇੰਡੀਆ ਦੇ ਵਿੱਚ। ਇੱਕ ਉਹ ਲਹਿਰ ਦਾ ਸਭ ਤੋਂ ਜ਼ਿਆਦਾ ਫਾਇਦਾ ਜੇ ਕਿਸੇ ਨੂੰ ਹੋਇਆ ਤੇ ਉਹ ਬੀਜੇਪੀ ਨੂੰ ਹੋਇਆ। ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਅਰਵਿੰਦ ਕੇਜਰੀਵਾਲ ਨੂੰ ਵੀ ਕਾਫੀ ਹੱਦ ਤੱਕ ਉਹ ਲਹਿਰ ਦਾ ਫਾਇਦਾ ਹੋਇਆ। ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਐਸਟੈਬਲਿਸ਼ ਹੋਈ, ਉਸੇ ਲਹਿਰ ਚੋਂ ਨਿਕਲ ਕੇ ਬਾਹਰ ਆਈ ਹੈ। ਇਹਨਾਂ ਦੋਨਾਂ ਪਾਰਟੀਆਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ। ਸੀਪੀ ਸਿੰਘ ਜੀ, ਬੀਜੇਪੀ ਨੇ ਉਸ ਅੰਦੋਲਨ ਨੂੰ ਹੋਰ ਅੱਗੇ ਜਾਵੇ ਜਾਂ ਸਟਰੋਂਗ ਹੋਵੇ ਇਹ ਚ ਕਾਫੀ ਮਦਦ ਕੀਤੀ ਸੀ, ਜਿਹਦੇ ਵਿੱਚ ਕਾਫੀ ਨਾਮ ਆਉਂਦੇ ਨੇ, ਬਾਬਾ ਰਾਮਦੇਵ, ਕਿਰਨ ਬੇਦੀ, ਗਿਰੀ ਸਾਹਿਬ ਜੋ ਸਾਰੇ ਉਹਦੇ ਵਿੱਚ ਸੀ। ਉਸ ਤੋਂ ਬਾਅਦ ਇਹਦਾ ਸਭ ਨੇ ਨੀ ਪਰ ਕੁਛ ਨੇ ਇੰਡੀਆ ਅਗੇਨਸਟ ਕਰਪਸ਼ਨ ਵਿੱਚ ਵੀ ਹਿੱਸਾ ਲਿਆ। ਪਰ ਜੇ ਹੁਣ ਦੇਖੋ ਤੇ ਬਾਬਾ ਰਾਮਦੇਵ ਦੀਆਂ ਨਜ਼ਦੀਕੀਆਂ ਬੀਜੇਪੀ ਨਾਲ ਸਾਨੂੰ ਪਤਾ ਵਾ, ਕਿਰਨ ਬੇਦੀ ਮੈਡਮ ਜੋ ਕਿ ਬੀਜੇਪੀ ਦੇ ਦਿੱਲੀ ਤੋਂ ਚੀਫ ਮਿਨਿਸਟਰ ਦੇ ਕੈਂਡੀਡੇਟ ਸੀ, ਹੁਣ ਗਵਰਨਰ ਨੇ। ਗਿਰੀ ਸਾਹਿਬ ਹੁਣ ਬੀਜੇਪੀ ਦੇ ਐਮਪੀ ਨੇ। ਜੇ ਅਸੀਂ ਇਹ ਕਹੀਏ ਕਿ ਅੰਨਾ ਹਜ਼ਾਰੇ ਦਾ ਮੂਵਮੈਂਟ ਦਾ ਜ਼ਿਆਦਾ ਫਾਇਦਾ ਬੀਜੇਪੀ ਗੌਰਮੈਂਟ ਚੱਕ ਗਈ ਜਾਂ ਫਿਰ ਉਸ ਅੰਦੋਲਨ ਨੂੰ ਸਟਰੋਂਗ ਵੀ ਬੀਜੇਪੀ ਨੇ ਬਣਾਇਆ ਸੀ ਤੇ ਫਾਇਦਾ ਵੀ ਬੀਜੇਪੀ ਹੀ ਚੱਕ ਗਈ? ਬਿਲਕੁਲ ਜੀ ਹਰਪ੍ਰੀਤ ਜੀ, ਮੈਂ ਬਿਲਕੁਲ ਸਹਿਮਤ ਹਾਂ। ਉਹ ਮੁੱਦਾ ਬਣਾਇਆ ਬੀਜੇਪੀ ਵੱਲੋਂ ਗਿਆ ਸੀ ਔਰ ਉਹਦਾ ਫਾਇਦਾ ਵੀ 100% ਬੀਜੇਪੀ ਨੂੰ ਹੀ ਮਿਲਿਆ। ਫਿਰ ਮੈਂ ਆਮ ਟੋਕੀ ਅਜੀਤ ਜੀ, ਦੇਖੋ ਬੀਜੇਪੀ ਨੇ ਤਾਂ ਬੜਾ ਸੋਲਿਡ ਫਾਇਦਾ ਉਠਾਇਆ, ਪਰ ਉਹਦਾ ਫਾਇਦਾ ਕੇਜਰੀਵਾਲ ਸਾਹਿਬ ਨੇ ਵੀ ਘੱਟ ਉਠਾਉਣ ਦੀ ਕੋਸ਼ਿਸ਼ ਨੀ ਕੀਤੀ। ਪਾਰਟੀ ਬਣ ਗਈ, ਅਦਰਵਾਈਜ਼ ਇਹਨਾਂ ਦੀ ਕੋਈ ਹੈਸੀਅਤ ਨਹੀਂ ਸੀ ਅੰਨਾ ਹਜ਼ਾਰ ਦੇ ਅੰਦੋਲਨ ਤੋਂ ਬਿਨਾਂ ਕਿ ਇਹ ਇਸ ਤਰ੍ਹਾਂ ਦੀ ਪਾਰਟੀ ਬਣਾਉਂਦੇ। ਤੇ ਫਾਇਦਾ ਇਹਨਾਂ ਨੇ ਵੀ ਲਿਆ ਔਰ ਦੇਖਿਆ ਜਾਵੇ ਤਾਂ ਅਖੀਰਲੇ ਦਿਨਾਂ ਵਿੱਚ ਡੈਮੇਜ ਕੰਟਰੋਲ ਕਰਨ ਵਾਸਤੇ, ਫਾਇਦੇ ਦੀ ਗੱਲ ਤਾਂ ਉਸ ਨਹੀਂ ਆਉਂਦੀ, ਕਾਂਗਰਸ ਨੂੰ ਹੋਇਆ ਵੀ ਨਹੀਂ, ਪਰ ਈਵਨ ਕਾਂਗਰਸ ਨੇ ਉਹਨਾਂ ਨੂੰ ਜੋ ਕਹਿੰਦੇ ਸੀ ਉਹ ਜਿਹਾ ਤਾਂ ਨਹੀਂ, ਪਰ ਇੱਕ ਢਿੱਲਾ ਮੱਠਾ ਜਿਹਾ ਲੋਕਪਾਲ ਬਿੱਲ ਪਾਸ ਕਰਕੇ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਫਿਰ ਕਾਂਗਰਸ ਪਾਰਟੀ ਨੇ ਵੀ ਕੀਤੀ ਹੈ, ਪਰ ਉਦੋਂ ਤੱਕ ਉਹ ਬਹੁਤ ਪਛੜ ਚੁੱਕੇ ਸੀ, ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਹੈਗਾ। ਠੀਕ ਹੈ, ਸੋ ਫਾਇਦਾ ਪੋਲੀਟੀਸ਼ੀਅਨ ਹਰ ਇੱਕ ਨੇ ਕੋਸ਼ਿਸ਼ ਕੀਤੀ ਆ ਆਪਣੇ ਹਿਸਾਬ ਦੇ ਨਾਲ, ਕਿਸੇ ਨੇ ਡੈਮੇਜ ਕੰਟਰੋਲ, ਕਿਸੇ ਨੇ ਫਾਇਦਾ, ਪਰ ਸੋਲਿਡ ਫਾਇਦਾ ਸੀ ਜਿਹੜਾ ਉਹ ਅੱਜ ਦੇ ਦਿਨ ਦੇ ਵਿੱਚ ਬੀਜੇਪੀ ਉਠਾ ਚੁੱਕੀ ਹੈ। ਪਰ ਕੇਜਰੀਵਾਲ ਸਾਹਿਬ ਨੇ ਈਵਨ ਕੇਜਰੀਵਾਲ ਸਾਹਿਬ ਦੀ ਇਸ ਮੂਵ ਦੇ ਨਾਲ ਕਿ ਮੈਂ ਪਾਰਟੀ ਬਣਾਉਣੀ ਹੈ, ਉਹ ਅੰਦੋਲਨ ਕਮਜ਼ੋਰ ਪੈ ਗਿਆ ਤੇ ਅੱਜ ਉਸ ਅੰਦੋਲਨ ਦਾ ਨਾਮ ਨਹੀਂ ਹੈਗਾ। ਤਾਂ ਇਹਨਾਂ ਨੇ ਵੀ ਫਾਇਦਾ ਉਠਾਇਆ ਤੇ ਬਹੁਤ ਹੀ ਉਹਦਾ ਨੈਗੇਟਿਵ ਇਫੈਕਟ ਵੀ ਉਸ ਮੂਵਮੈਂਟ ਤੇ ਪਿਆ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਗੱਲਬਾਤ ਨੂੰ ਅੱਗੇ ਵਧਾਈਏ, ਆਉਣ ਵਾਲਾ ਸਮੇਂ ਹੀ ਦੱਸੂਗਾ। 21 ਐਮਐਲਏ ਦਾ ਆਫਿਸ ਆਫ ਪ੍ਰੋਫਿਟ ਦਾ ਜੋ ਮੁੱਦਾ ਉੱਠਿਆ ਸੀ, ਉਹਨਾਂ ਐਮਐਲਏ ਦਾ ਕੀ ਹੁੰਦਾ ਹੈ, ਨਾਲ ਹੀ ਜੋ 27 ਐਮਐਲਏ ਦਾ ਮੁੱਦਾ ਉੱਠਿਆ ਸੀ, ਇਹਨਾਂ ਐਮਐਲਏ ਦਾ ਕੀ ਹੁੰਦਾ ਵਾ, ਆਮ ਆਦਮੀ ਪਾਰਟੀ ਇਹਨਾਂ ਸਭ ਅੜਚਣਾ ਤੋਂ ਨਿਕਲ ਕੇ ਬਾਹਰ ਆਉਂਦੀ ਆ ਜਾਂ ਫਿਰ ਇਹਨਾਂ ਦੀਆਂ ਅਪੋਜੀਸ਼ਨ ਪਾਰਟੀਆਂ ਇਸ ਮੁੱਦਿਆਂ ਚੋਂ ਫਾਇਦਾ ਚੱਕਦੀਆਂ ਨੇ?
ਅਖੀਰ ਵਿੱਚ ਦਿੱਲੀ ਦੇ ਵਿੱਚ ਜੋ ਅਸੀਂ ਸਟਿੰਗ ਕੀਤੇ ਸੀ ਅੱਜ ਸਾਡੀ ਟੀਮ ਨੇ ਇੱਕ ਦਿਨ ਦੇ ਵਿੱਚ ਲਗਭਗ 8-9 ਘੰਟੇ ਦੇ ਵਿੱਚ ਸਟਿੰਗ ਕਰਕੇ 5 ਜਗ੍ਹਾ ਤੋਂ ਡਰੱਗ ਖਰੀਦਿਆ ਸੀ ਉਹਦੀ ਇੱਕ ਸਪੈਸ਼ਲ ਰਿਪੋਰਟ ਤੁਹਾਨੂੰ ਜ਼ਰੂਰ ਕੱਲ ਵਿਖਾਵਾਂਗੇ ਉੜਤੀ ਦਿੱਲੀ ਦੇ ਨਾਲ ਨਾਲੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਕੋਸ਼ਿਸ਼ ਪਸੰਦ ਆਈ ਹੋਵੇ ਸਾਡੇ ਸ਼ੋਅ ਕਿੱਦਾਂ ਲੱਗੇ ਫੋਨ ਨੰਬਰ ਈਮੇਲ ਅਤੇ ਵਟਸਐਪ ਤੇ ਸਾਡੇ ਨਾਲ ਹਮੇਸ਼ਾ ਹੀ ਤੁਸੀਂ ਆਪਣੇ ਸੁਝਾਓ ਸਾਂਝੇ ਕਰ ਸਕਦੇ ਜੋ ਇੱਥੇ ਮੈਨੂੰ ਅਜੀਤ ਜੀ ਨੂੰ ਸੀਪੀ ਸਿੰਘ ਜੀ ਨੂੰ ਦਿਲਰਾਜ ਸਿੰਘ ਜੀ ਨੂੰ ਤੋਂ ਇਜਾਜ਼ਤ ਧੰਨਵਾਦ ਧੰਨਵਾਦ